ਹੁਣ ਕਿਹਦਾ ਫੋਨ ਆ ਗਿਆ? ਚੱਲ ਦੇਖਾਂ ਜਾ ਕੇ। ਹੈਲੋ, ਕਿਵੇਂ ਆ ਪ੍ਰੀਤ? ਮੈਂ ਵੀ ਵਧੀਆ। ਹੋਰ ਦੱਸ, ਅੱਜ ਬੜੇ ਦਿਨਾਂ ਬਾਅਦ ਯਾਦ ਕੀਤਾ ਮੈਨੂੰ। ਕੀ? ਹਾਂ, ਐਡਮਿਸ਼ਨ ਕਰਾਉਣੀ ਸੀ। ਕੱਲ੍ਹ ਤੇ ਲਾਸਟ ਡੇਟ ਹੈ, ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ? ਚਲ ਕੋਈ ਨਾ ਕੋਈ ਨਾ, ਮੈਂ ਕਰਦੀ ਇਹਨਾਂ ਨਾਲ ਗੱਲ। ਠੀਕ ਹੈ। ਜਿਹੜੇ ਹਿਸਾਬ ਨਾਲ ਹਵਾ ਜੀ ਚੱਲਦੀ ਹੈ, ਮੈਨੂੰ ਲੱਗਦਾ ਮਾੜਾ ਮੋਟਾ ਫਲ ਹੈਗਾ ਜਿਹੜਾ ਪੀ ਜਾਊ। ਚਲ ਕੋਈ ਨਾ, ਕੋਈ ਦਵਾਈ ਬੂਟੀ ਦੇਖਾਂਗੇ। ਜੀ, ਮੇਰੀ ਸਹੇਲੀ ਪ੍ਰੀਤ ਦਾ ਫੋਨ ਆਇਆ ਸੀਗਾ। ਕੀ ਕਹਿੰਦੀ ਸੀ? ਮਿਲ ਕੇ ਆਉਣਾ? ਚਲ ਕੋਈ ਨਾ, ਜਾਇਆ ਮਾ ਜੀ। ਨਹੀਂ ਨਹੀਂ ਜੀ, ਮਿਲ ਕੇ ਨਹੀਂ ਆਉਣਾ ਸੀ। ਹੋਰ ਫਿਰ? ਮੈਂ ਤੁਹਾਨੂੰ ਪਤਾ ਨਾ, ਆਪਣੇ ਵਿਆਹ ਕਰਕੇ ਮੇਰੇ ਪੜ੍ਹਾਈ ਦੇ 1 ਸਾਲ ਰਹਿ ਗਿਆ ਸੀਗਾ। ਉਹ ਕਹਿੰਦੇ ਸੀ ਐਡਮਿਸ਼ਨਾਂ ਸ਼ੁਰੂ ਹੋ ਗਈਆਂ, ਕੱਲ੍ਹ ਦੀ ਲਾਸਟ ਡੇਟ ਆ। ਕੱਲ ਦੀ ਲਾਸਟ ਆ? ਹਾਂਜੀ। ਫਿਰ ਉਹਨੂੰ ਕਹਿ ਦਿੰਦੀ ਪਹਿਲਾਂ ਤਾਂ ਯਾਦ ਕਰਾ ਦਿੰਦੀ, ਹੁਣ ਟਾਈਮ ਤੇ ਆ ਕੇ ਦੱਸਿਆ ਉਹਨੇ। ਜੀ ਮੈਂ ਕਿਹਾ ਸੀ, ਕਹਿੰਦੀ ਮੈਨੂੰ ਵੀ ਪਤਾ ਨਹੀਂ ਲੱਗਿਆ, ਹਜੇ ਵੀ ਤੁਸੀਂ ਸ਼ੁਕਰ ਕਰੋ ਕੱਲ ਦਾ ਦਿਨ ਹੈਗਾ ਤਾਂ ਹੈ। ਤੂੰ ਕੀ ਚਾਹੁੰਦੀ ਫਿਰ ਹੁਣ? ਚਾਹਨੀ ਕੀ ਆ ਜੀ, ਸਰ ਮੈਂ ਪਹਿਲਾਂ ਤਾਂ ਗੱਲ ਖੋਲੀ ਸੀ ਵੀ ਬਸ ਮੈਂ ਉਹਦੀ ਕੋਈ ਪੜ੍ਹਾਈ ਪੂਰੀ ਕਰ ਲਾਂ, 1 ਸਾਲ ਦੀ ਤਾਂ ਗੱਲ ਹੈ। ਵੀ ਦਾਖਲਾ ਭਰੀ ਹੁਣ? ਹਾਂਜੀ। ਚਲ ਕੋਈ ਨਾ, ਬੇਬੇ ਨਾਲ ਗੱਲ ਕਰ ਲਈ ਤੂੰ, ਜਿਵੇਂ ਬੇਬੇ ਕਹੂਗੀ ਉਵੇਂ ਕਰ ਲਾਂਗੇ। ਕੀ ਗੱਲ ਜੀ, ਤੁਸੀਂ ਚਾਹੁੰਦੇ ਨੇ ਮੈਂ ਅੱਗੇ ਪੜ੍ਹਾਈ ਕਰਾਂ? ਲੈ, ਉਹ ਮੈਂ ਤਾਂ ਚਾਹੁੰਦਾ ਵੀ ਤੂੰ ਵਧੀਆ ਪੜ੍ਹੇ ਲਿਖੇ, ਕੋਈ ਨੌਕਰੀ ਨੌਕਰੀ ਤੇ ਲੱਗ ਜੇ। ਪਰ ਤੈਨੂੰ ਪਤਾ ਘਰ ਵਿੱਚ ਵੱਡਿਆਂ ਦੀ ਤਾਂ ਪੁੱਛ ਹੋਣੀ ਚਾਹੀਦੀ ਹੈ ਨਾ, ਜੇ ਆਪਾਂ ਮਾਂ ਤੋਂ ਬਾਅਦ ਫੈਸਲੇ ਲਈ ਗਏ, ਉਹ ਕੀ ਸੋਚੂ ਵੀ ਮੇਰੀ ਘਰ ਵਿੱਚ ਕੋਈ ਪੁੱਛ ਨਹੀਂ। ਠੀਕ ਹੈ ਜੀ, ਕੋਈ ਗੱਲ ਨਹੀਂ, ਮੈਂ ਕਰ ਲੈਂਦੀ ਹਾਂ ਮੰਮੀ ਜੀ ਨਾਲ ਗੱਲ। ਤੂੰ ਬੇਬੇ ਨਾਲ ਗੱਲ ਕਰ ਲਾ, ਜਿਵੇਂ ਬੇਬੇ ਕਹੂਗੀ ਆਪਾਂ ਉਵੇਂ ਕਰ ਲਾਂਗੇ। ਠੀਕ ਹੈ ਜੀ, ਫਿਰ ਮੈਂ ਮੰਮੀ ਜੀ ਤੋਂ ਪੁੱਛ ਲੈਂਦੀ ਹਾਂ ਪਹਿਲਾਂ। ਜਾਂ ਪੁੱਛੋ। ਵਿਆਹੀ ਗਈ ਬਰੀ ਗਈ, ਹੁਣ ਪੜ੍ਹਾਈਆਂ ਨੂੰ ਕੀ ਚੱਟਣਾ ਗਾ, ਭਰ ਦੇ ਦਾਖਲੇ ਦਾ। ਲੈ ਵੀ ਇਹਨਾਂ ਦੇ ਮੂੰਹ ਜੇ ਸਿਉਂਦਾ, ਹੁਣ ਤਾਂ ਧੁੱਪਾਂ ਨਿਕਲਣ ਲੱਗ ਗਈਆਂ ਤੀਗੀਆਂ। ਐਂ ਤੀਗਾ ਅੱਗ ਲਾਉਣੀ ਨੇ ਇਹਨਾਂ ਨੂੰ ਵੀ ਸਾਂਭ ਦਿੰਦੀ ਹੁਣ ਗਰਮ ਚਾਦਰਾਂ ਨਾਲ। ਪਰ ਕੀ ਕਰਾਂ, ਠੰਡ ਜੀ ਬਾਹਲੀ ਜੀ ਹਜੇ ਵੀ ਹੈਗੀ ਆ, ਹਵਾ ਚੱਲਦੀ ਆ। ਨਾਲੇ ਮੈਨੂੰ ਸਿੰਮੀ ਕਹਿੰਦਾ ਤਾਂ ਹੈਗਾ ਤੀ, ਕਹਿੰਦਾ ਮਾਂ ਚੰਡੀਗੜ੍ਹ ਗੜੇ ਪਏ ਨੇ, ਵੀ ਤਾਂ ਹੀ ਠੰਡ ਹੈਗੀ ਇਹ ਗੜਿਆਂ ਦੀ। ਚੱਲ ਤੈਂ ਕਿਹੜਾ ਹੁਣ ਚੰਡੀਗੜ੍ਹ ਘੁੰਮਣ ਜਾਣਾ, ਪਈ ਜਾਣ ਦੇ 10 ਦਿਨ ਹੋਰ ਵਸਾ ਲੈਂਦੀ ਆ। ਨਾਲੇ ਆਹ ਬੈੱਡ ਕਿਹੜਾ ਮੇਰੇ ਤੋਂ ਚੱਕੇ ਜਾਂਦੇ ਨੇ, ਅੱਗੇ ਤਾਂ ਚੱਲ ਚੱਕ ਕੇ ਢੱਕਣ ਪੇਟੀ ਦਾ ਪੇਟੀ 'ਚ ਡਿੱਗ ਦਿੰਦੀ ਸੀਗੀ, ਹੁਣ ਪੇਟੀਆਂ 'ਚ ਕੌਣ ਰੱਖਦਾ ਗਾ, ਹੁਣ ਤਾਂ ਬੈੱਡਾਂ 'ਚ ਰੱਖ ਦਿੰਦੇ ਹੈਗੇ। ਚੱਲ ਇੱਕ ਦਿਨ ਬਹੂ ਨੂੰ ਕਹੂੰਗੀ ਵੀ ਭਾਈ ਮਾੜਾ ਜਿਹਾ ਹੱਲ ਆ ਕਰਾ ਵਿੱਚ ਰੱਖਾ, ਤੁਸੀਂ ਤਾਂ ਅੱਗਾ ਦੇਖਦੀ ਆ, ਚੌਂ ਦਿਨੀਆਂ ਮੂੰਹ ਲੱਗਦੇ ਹੱਥ ਹੁਣ। ਹੈਂ, ਤੂੰ ਤਾਂ ਪਈ ਹੈਗੀ, ਅੱਗਾ ਤਾਂ ਕੋਈ ਨਹੀਂ ਹੈਗਾ ਸਰੀਰ ਤਾਂ। ਮੰਮੀ ਜੀ। ਹਾਂ, ਕੀ ਹੋ ਗਿਆ? ਮੰਮੀ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ। ਕੀ ਗੱਲ ਕਰਨੀ ਪੁੱਤ, ਇੱਕ ਕਰ, ਦੋ ਕਰ, ਗੱਲਾਂ ਗੱਲਾਂ ਦਾ ਕੀ ਹੈ ਦੱਸ ਤੂੰ। ਮੰਮੀ ਜੀ, ਮੈਂ ਕਹਿੰਦੀ ਸੀ ਮੇਰੇ ਕਾਲਜ 'ਚ ਨਾ ਐਡਮਿਸ਼ਨ ਸ਼ੁਰੂ ਹੋ ਗਈ। ਤੇਰੇ ਕਾਲਜ 'ਚ? ਹਾਂਜੀ। ਫਿਰ ਕੋਈ ਨਾ ਪੁੱਤ, ਹੁੰਦੀਆਂ ਰਹਿੰਦੀਆਂ ਨੇ ਤਾਂ, ਤੈਨੂੰ ਪਤਾ 7-8 ਮਹੀਨਿਆਂ ਬਾਅਦ ਹੁੰਦੀਆਂ ਰਹਿੰਦੀਆਂ ਨੇ ਐਡਮਿਸ਼ਨਾਂ ਤਾਂ ਸ਼ੁਰੂ। ਨਹੀਂ ਨਹੀਂ ਮੰਮੀ ਜੀ, ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ, ਮੈਂ ਕਹਿੰਦੀ ਸੀ ਵੀ ਮੈਂ ਐਡਮਿਸ਼ਨ ਕਰਵਾਉਣੀ ਸੀ। ਤੁਹਾਨੂੰ ਪਤਾ ਨਾ ਵਿਆਹ ਕਰਕੇ ਮੇਰਾ 1 ਸਾਲ ਰਹਿ ਗਿਆ ਸੀਗਾ ਪੜ੍ਹਾਈ ਦਾ, ਤੁਸੀਂ ਕਹਿੰਦੇ ਸੀ ਵੀ ਚੱਲ ਬਾਅਦ 'ਚੋਂ ਕਰ ਲੂਗੀ ਇਹ, ਤਾਂ ਕਹਿੰਦੀ ਸੀ ਮੈਂ ਤਾਂ। ਕੋਈ ਨਾ ਪੁੱਤ, ਮੇਰੀ ਗੱਲ ਸੁਣ, ਕੋਈ ਨਾ ਪੜ੍ਹਨੀ, ਬਾਕੀ ਨਾ ਸਿਮੀ ਨਾਲ ਗੱਲ ਕਰ ਲੂੰਗੀ ਮੈਂ, ਜਿਵੇਂ ਕਹੂਗਾ ਉਹ ਉਵੇਂ ਚੁੱਕਰ। ਠੀਕ ਆ ਮੰਮੀ ਜੀ,
ਉਹਨਾਂ ਨਾਲ ਤਾਂ ਮੈਂ ਗੱਲ ਕਰ ਲਈ। ਉਹ ਕਹਿੰਦੇ ਜਿਵੇਂ ਮੰਮੀ ਕਹਿਣਗੇ ਆਪਾਂ ਉਵੇਂ ਕਰ ਲਾਂਗੇ, ਉਹ ਤਾਂ ਤਿਆਰ ਨੇ। ਓਹੋ, ਉਹ ਤਾਂ ਤੈਂ ਤਾਂ ਗੱਲ ਕਰ ਲਈ, ਮੇਰਾ ਵੀ ਫਰਜ਼ ਬਣਦਾ ਉਹਦੇ ਨਾਲ ਗੱਲ ਕਰਨ ਦਾ। ਐਂ ਐਂ ਕਹਿ ਦੂਗਾ ਵੀ ਮਾਂ ਮੇਰੇ ਉੱਤੋਂ ਦੀ ਹੋ ਕੇ ਫੈਸਲਾ ਲੈ ਲਿਆ, ਤਾਂ ਤੈਨੂੰ ਪਤਾ ਗਾ ਮੇਰੇ ਕਹੂੰਗਾ ਸਲਾਹ ਕਰਨ ਵਾਲਾ, ਸੁੱਖ ਨਾਲ ਇਕੱਲਾ ਪੁੱਤਾ ਮੇਰਾ। ਮੰਮੀ ਜੀ ਉਹ ਤਾਂ ਠੀਕ ਸੀ, ਪਰ ਕੱਲ ਦੀ ਨਾ ਲਾਸਟ ਡੇਟ ਹੈ, ਉਹ ਤੋਂ ਬਾਅਦ ਫਿਰ ਐਡਮਿਸ਼ਨ ਨਹੀਂ ਹੋਣੀ ਤੇ ਗੱਲ ਅਗਲੇ ਸਾਲ ਤੱਕ ਪਹੁੰਚ ਜੂਗੀ। ਪੈਸੇ ਪੂਸੇ ਕਿੰਨੇ ਕੁ ਭਰਾਂਗੇ? ਮੰਮੀ ਜੀ 30,000 ਰੁਪਏ ਲੱਗੂਗਾ ਐਡਮਿਸ਼ਨ ਦਾ ਤੇ ਬਸ। ਹਾਂਜੀ, ਬਸ ਪਹਿਲਾਂ ਉਹ ਦਾਖਲੇ ਦਾ 30,000 ਲੈਣਗੇ, ਫਿਰ ਮਹੀਨੇ ਨੇ ਮਹੀਨੇ ਅੱਡ ਲਿਆ ਕਰਨਗੇ। ਹਾਂ ਮੰਮੀ ਜੀ, ਬਸ 6,000 ਫਿਰ ਮਹੀਨੇ ਕਦਾ ਜਾਇਆ ਕਰੂਗਾ। ਉਹ ਤਾਂ ਤੈਨੂੰ ਪਤਾ ਗਾ ਉਸ ਤਾਂ ਵਿਆਹ ਕਰਕੇ ਹੱਥ ਟੈਟ ਜਿਹਾ ਚੱਲ ਰਿਹਾ ਹੈਗਾ, ਹੈਂ ਕਿੱਥੋਂ ਭਰਾਂਗੇ ਇੰਨਾ ਦਾਖਲਾ ਫੀਸਾਂ? ਤੂੰ ਸਿਆਣੀ ਹੈਗੀ, ਬਾਕੀ ਜਿਵੇਂ ਸੇਮੀ ਕਹੂਗਾ ਉਹ ਮੇਰੀ ਪੂਰੀ ਠੀਕ ਆ। ਮੰਮੀ ਜੀ ਜੇ ਤੁਸੀਂ ਕਹਿੰਦੇ ਹੋ ਮੈਂ ਪਾਪਾ ਨੂੰ ਫੋਨ ਮਿਲਾ ਦਿੰਦੀ ਹਾਂ, ਉਹ ਭਰ ਦੇਣਗੇ ਐਡਮਿਸ਼ਨ ਤਾਂ। ਓਹੋ, ਉਹ ਤਾਂ ਮੇਰੀ ਗੱਲ ਸੁਣ, ਉਹਨਾਂ ਤੋਂ ਪੈਸੇ ਮੰਗਦੇ ਸੋਹਣੇ ਲੱਗਦੇ ਆ, ਨਾਲੇ ਤੂੰ ਉਹਨਾਂ ਨੂੰ ਕਹੇਂਗੀ ਤੇਰਾ ਪਿਓ ਐਂ ਕਹਿ ਦੂਗਾ ਪਤਾ ਨਹੀਂ ਉਹ ਪੈਸੇ ਮੰਗਦੇ ਨੇ। ਮੰਮੀ ਜੀ ਫਿਰ ਮੈਂ ਕੀ ਕਰਾਂ? ਓਹੋ, ਕੋਈ ਨਾ ਮੈਂ ਸੇਮੀ ਨਾਲ ਸਲਾਹ ਕਰ ਲੂੰਗੀ, ਜਿਵੇਂ ਸੇਮੀ ਕਹੂਗਾ ਉਵੇਂ ਜੋ ਕਰ। ਠੀਕ ਆ ਪੁੱਤ, ਠੀਕ ਆ, ਕੋਈ ਗੱਲ ਨਹੀਂ, ਪੜ੍ਹ ਲਈ, ਮੈਂ ਤੈਨੂੰ ਪੜ੍ਹਨੋਂ ਨਹੀਂ ਰੋਕਦੀ ਹੈਗੀ, ਠੀਕ ਆ, ਜਿਵੇਂ ਤੇਰੀ ਸਲਾਹ ਗਈ। ਕੋਈ ਨਾ, ਮਾੜਾ ਜਿਹਾ ਗੱਲ ਕਰਨਾ ਉਹਦੇ ਨਾਲ, ਠੀਕ ਹੈ ਮੰਮੀ ਜੀ। ਕੋਈ ਨਾ ਤੂੰ ਸੋਚ ਨਾ ਕਰ, ਕੰਮ ਕੁੰਮ ਨਿਬੇੜ ਲਈ ਸਾਰੇ? ਬਸ ਨਿਬੇੜ ਜਾਂਦੀ ਸੀ। ਅੱਛਾ ਪੋਚਾ ਲਾ ਦੀ ਪੁੱਤ, ਨਾਲੇ ਤਾਂ ਉਧਰਲੇ ਕਮਰੇ 'ਚ, ਨਾਲੇ ਇੱਧਰ ਦੇਖ ਲਾ ਕਈ ਦਿਨ ਹੋ ਗਏ ਪੋਚਾ ਨਹੀਂ ਲਾਇਆ ਹੈਗਾ, ਇੱਧਰ ਪੋਚਾ ਲਾ ਦੀ, ਠੀਕ ਆ। ਇੱਕ ਲਾ ਦਿੰਦੀ ਮੰਮੀ ਜੀ, ਸੂਈ ਧਾਗਾ ਦੇਖਦੀ ਤੀ ਇਹਦੇ 'ਚ, ਦੇਖੀ ਡੱਬੀ 'ਚ ਸੂਈ ਸੂਈ ਆ, ਧਾਗਾ ਹੈ ਨਹੀਂ, ਪਤਾ ਨਹੀਂ ਰੀੜ੍ਹ ਕਿੱਥੇ ਰੱਖਦੀ, ਕਿੱਥੇ ਪਈ ਆ ਰੀੜ੍ਹ, ਮਸ਼ੀਨ 'ਚ ਆ ਗਈ। ਮੰਮੀ ਜੀ ਕੱਲ੍ਹ ਮੈਂ ਨਾ ਧੁੱਪਾ ਲਾ ਰਹੀ ਸੀਗੀ, ਉਹ ਰੀੜ੍ਹ ਤਾਂ ਖਤਮ ਹੋ ਗਈ, ਲਿਆਉਣ ਵਾਲੀ ਆ। ਚੱਲ ਕੋਈ ਨਾ ਮੈਂ ਲੈ ਆਊਂਗੀ ਦੁਕਾਨ ਤੋਂ ਜਾ ਕੇ, ਆ ਫਿਰ ਸਿਆਉਂਗੀ। ਆ ਚਾਦਰਾਂ ਜੀ ਕਹਿ ਰਹੀ ਤੀ, ਮਹਾਂ ਸਾਂਭਦਾਂਗੇ ਚਾਦਰਾਂ ਨੂੰ, ਹੁਣ ਗਰਮ ਚਾਦਰਾਂ ਨੇ, ਹੁਣ ਤਾਂ ਤੂੰ ਭਲਕਣ ਲੱਗ ਗਈਆਂ ਨਾਲੇ। ਠੀਕ ਹੈ ਮੰਮੀ ਜੀ ਫਿਰ ਮੈਂ ਕੰਮ ਨਿਬੇੜ ਦਿੰਦੀ। ਹਾਂ ਕਰ ਲਾ ਪੁੱਤ, ਕੋਈ ਨਾ ਮੈਂ ਕਰਦੀ ਹਾਂ ਸੇਮੀ ਨਾਲ ਗੱਲ, ਬੁਲਾਉਂਦੀ ਹਾਂ ਉਹਨੂੰ ਮੈਂ। ਲੈ ਦੇਖ ਲਾ ਕਹਿੰਦੀ ਪੜ੍ਹ ਲਾਂਗਾ, ਹੈਂ ਉਹ ਨਾ ਹੁਣ 10 ਦਿਨ ਅਸੀਂ ਪੜ੍ਹਨ ਲਾਵਾਂਗੇ, 30,000 ਰੁਪਈਆ ਉਹ ਵੀ 30,000 ਦੱਸ ਕੀ, ਹੈਂ ਝਾੜਾ ਨਹੀਂ ਲੱਗਦਾ ਵੀ ਪੇਡੇ ਨਹੀਂ ਲੱਗਦਾ, ਤੋੜ ਕੇ ਪੈਸੇ ਜਰਕਦੇ ਅਸੀਂ ਔਲ 'ਚ ਦੇਵਾਂਗੇ ਤੇਰੇ 'ਚ। ਕਿੰਨੀ ਕਮਾਲ ਕਰਦੀ ਆ, ਹੌਲੀ ਤਾਂ ਐਂ ਬਣਦੀ ਆ ਵੀ ਜਿਹਨੂੰ ਬਾਹਲੀ ਹੀ ਚੰਗੀ ਆ, ਹੌਲੀ ਹੌਲੀ। ਮੰਮੀ ਜੀ ਮੈਨੂੰ ਕੀਲਦੀ ਆ, ਮੈਨੂੰ ਕੀਲਣ ਵਾਲੇ ਤਾਂ ਮਰਗੇ ਕੱਤੇ ਦੀ ਬਿਮਾਰੀ 'ਚ, ਮੈਨੂੰ ਨਹੀਂ ਕੀਲ ਸਕਦੇ। ਚੱਲ ਤੂੰ ਐਂ ਕਰ ਰਾਜ, ਕੇਰਾਂ ਤਾਂ ਤੈਨੂੰ ਮੁੰਡੇ ਨਾਲ ਗੱਲ ਕਰਨੀ ਪਊਗੀ, ਮੁੰਡੇ ਨਾਲ ਕਰਦੇ ਆ ਗੱਲ ਬਾਹਰ ਜਾ ਕੇ, ਕੀ ਕਹਿੰਦਾ ਗਾ ਮੁੰਡਾ, ਫਿਰ ਲਾਊਂਗੀ ਕੋਈ ਸਕੀਮ। ਮੈਨੂੰ ਤਾਂ ਸਮਝ ਨਹੀਂ ਆਉਂਦਾ ਮੰਮੀ ਗੱਲਾਂ ਕੀ ਕਰਦੇ ਨੇ, ਮੇਰੇ ਤਾਂ ਸਮਝ ਤੋਂ ਬਾਹਰ ਆ, ਹਰ ਇੱਕ ਗੱਲ ਨੂੰ ਗੋਲਮੋਲ ਜਿਹੀ ਕਰਕੇ ਛੱਡ ਦਿੰਦੇ ਨੇ। ਹੁਣ ਮੈਂ ਐਡਮਿਸ਼ਨ ਦੀ ਗੱਲ ਕਰੀ ਆ, ਕਹਿੰਦੇ ਨੇ ਸੇਮੀ ਨਾਲ ਗੱਲ ਕਰਕੇ ਦੱਸੋ, ਜਦ ਇਹਨਾਂ ਨੇ ਇੱਕ ਵਾਰੀ ਹਾਂ ਕਰ ਹੀ ਦਿੱਤੀ ਫਿਰ ਸਮਝ ਨਹੀਂ ਆ ਰਹੇ ਕਿ ਵਾਰ ਵਾਰ ਕੀ ਪੁੱਛਣਾ ਪੁਛਾਣਾ ਇਹਨਾਂ ਨੇ। ਮੈਨੂੰ ਸੁਣਾਈ ਕਰਦੇ ਨੇ ਵੀ ਹਾਂ ਇੰਨੇ ਪੈਸੇ ਲੱਗ ਜਾਣਗੇ ਤੇਰੀ ਪੜ੍ਹਾਈ 'ਚ, ਜਦ ਮੈਂ ਕਹਿ ਦਿੱਤਾ ਮੇਰੇ ਪਾਪਾ ਚੱਕ ਦੇਣਗੇ ਖਰਚਾ ਤਾਂ ਵੀ ਮੈਨੂੰ ਮਨਾ ਕਰਤਾ। ਪਤਾ ਨਹੀਂ ਇਹਨਾਂ ਦਿਮਾਗ 'ਚ ਕੀ ਚੱਲ ਰਿਹਾ ਕੀ ਨਹੀਂ। ਜਦੋਂ ਰਿਸ਼ਤਾ ਲੈਣ ਆਏ ਸੀ ਨਾ ਮੇਰਾ, ਉਦੋਂ ਤਾਂ ਬੜੇ ਕਹਿੰਦੇ ਸੀ ਕੋਈ ਗੱਲ ਨਹੀਂ ਜੀ ਤੁਸੀਂ ਰਿਸ਼ਤਾ ਕਰ ਦਿਓ, 1 ਸਾਲ ਦੀ ਕੀ ਗੱਲ ਆ, ਕੁੜੀ ਸਾਡੇ ਘਰ ਆ ਕੇ ਪੜ੍ਹ ਲੂਗੀ। ਅਤੇ ਹੁਣ ਇਹਨਾਂ ਦੀਆਂ ਗੱਲਾਂ ਹੀ ਬਦਲ ਗਈਆਂ, ਜੋ ਜੋ ਪਹਿਲਾਂ ਕਹਿੰਦੇ ਸੀ ਨਾ ਇਹ ਵਿਆਹ ਤੋਂ, ਉਹ ਤਾਂ ਹੁਣ ਰਹੀ ਨਹੀਂ ਹੈਗੀ ਇਹ। ਮੈਨੂੰ ਤਾਂ ਹੁਣ ਲੱਗਦਾ ਹੀ ਨਹੀਂ ਵੀ ਇਹ ਮੈਨੂੰ ਅੱਗੇ ਪੜ੍ਹਨ ਦੇਣਗੇ।
ਚੱਲ ਬਾਕੀ ਕੋਈ ਗੱਲ ਨਹੀਂ, ਕਰ ਲੈਂਦੇ ਇਹਨਾਂ ਨੂੰ ਗੱਲ, ਫਿਰ ਦੇਖਦੇ ਕੀ ਕਹਿੰਦੇ ਨੇ ਕੀ ਨਹੀਂ। ਸੱਚ ਮੰਮੀ ਨੇ ਪੋਚੇ ਲਾਉਣ ਨੂੰ ਕਿਹਾ ਸੀ, ਪੋਚੇ ਲਾ ਦਾਂ ਨਹੀਂ ਇਹਨਾਂ ਨੂੰ ਫਿਰ ਕੋਈ ਗੱਲ ਮਿਲ ਜੂਗੀ ਬੋਲਣ ਨੂੰ। ਮੈਨੂੰ ਤਾਂ ਲੱਗਦਾ ਮੇਰੀ ਸਾਰੀ ਜ਼ਿੰਦਗੀ ਨਾ ਹਾਂ ਪੋਚੇ ਲਾਉਂਦੀ ਦੀ ਲੰਘ ਜਾਣੀ। ਜਾਵਾਂ ਯਾਰ ਅੱਜ ਤਾਂ ਲੇਟ ਹੋ ਗਿਆ, ਉਹ ਵੀ ਡੀਕਦੇ ਹੋਣੇ। ਬੇਗਮੀ ਹਾਂ ਮਾਂ, ਹੁਣ ਕਿੱਥੇ ਜਾਣਾ ਤਿਆਰ ਹੋ ਕੇ? ਆ ਕੁਛ ਨਹੀਂ ਮਾਤਾ, ਆ ਤਾਂ ਮੱਗਰ ਨੇ ਬੁਲਾਇਆ ਸੀਗਾ, ਕਹਿੰਦਾ ਮੇਰੇ ਨਾਲ ਬੜਾ ਚੱਲ ਕੇ ਆਈ। ਜਮੀ ਕਮਾਲ ਆ ਤੇਰੇ ਭਾਦੀ, ਮੱਗਰ ਕਹਿ ਦੂਗਾ ਮੱਗਰ ਨਾਲ ਤੁਰ ਪੈਂਦਾ ਗਾ, ਜਿਹੜਾ ਕੋਈ ਕਹਿੰਦਾ ਫੇਕ ਨਾਲ ਉੱਠ ਕੇ ਤੁਰ ਪੈਂਦਾ ਗਾ। ਮਾਤਾ ਤੈਨੂੰ ਵੀ ਪਤਾ ਉਹਨਾਂ ਨੇ ਵੀ ਵਿਆਹ ਵੇਲੇ ਕਿੰਨਾ ਕੰਮ ਕਰਾਇਆ ਮੇਰੇ ਨਾਲ, ਜੇ ਹੁਣ ਆਪਾਂ ਨਹੀਂ ਜਾਵਾਂਗੇ ਅਗਲਾ ਕੋਈ ਵੀ ਆਪਦਾ ਕੰਮ ਕਢਾ ਲੈਂਦਾ ਆਪ ਆਉਂਦਾ ਨਹੀਂ। ਉਹ ਤਾਂ ਠੀਕ ਆ, ਪਰ ਮੈਂ ਤੈਨੂੰ ਇੱਕ ਗੱਲ ਪੁੱਛਣੀ ਸੀਗੀ। ਆਹਾਂ ਮਾਂ ਦੱਸ। ਨਾ ਤੂੰ ਮੇਰੇ ਬੇਪਰਵਾਹੀ ਪਹਿਲੀ ਹਾਂ ਕਰਤੀ, ਆ ਬਹੂ ਕਹਿੰਦੀ ਮੈਂ ਪੜਨਾ ਗਾ ਗਾਹਾਂ ਭਾਈ। ਮਾਂ ਤੈਨੂੰ ਪਤਾ ਤਾਂ ਹੈਗਾ ਉਹ ਇਹਦੇ ਮੂੰਹ ਤੇ ਮੈਂ ਹਾਂ ਕਰੂੰਗਾ, ਸਿੱਧਾ ਜਵਾਬ ਤਾਂ ਉਹਨੂੰ ਮੈਂ ਦੇ ਨਹੀਂ ਸਕਦਾ। ਮੈਂ ਤੈਨੂੰ ਵੀ ਪਤਾ ਵੀ ਵਿਆਹ ਤੋਂ ਪਹਿਲਾਂ ਆਪਣੇ ਇਹ ਕਿਹਾ ਸੀਗਾ ਵੀ ਕੁੜੀ ਨੂੰ ਅਸੀਂ ਪੜਾਵਾਂਗੇ ਵਿਆਹ ਤੋਂ ਬਾਅਦ, ਵੀ ਹੁਣ ਸਿੱਧਾ ਜਵਾਬ ਦਿੰਦੇ ਹਾਂ ਨੀਵੇਂ ਪੈਂਦੇ ਹੈਗੇ। ਉਹ ਤਾਂ ਠੀਕ ਆ, ਇਹ ਤਾਂ ਗੱਲ ਮੈਂ ਵੀ ਨਹੀਂ ਸੋਚੀ ਹੈਗੀ, ਹੁਣ ਨਾ ਜਾਣੀ ਆਪਾਂ ਨੇ ਜਵਾਬ ਦੇ ਤਾ ਇੱਕੋ ਲਖਤ ਵਿਚੋਲਿਆਂ ਨੂੰ ਬੁਲਾ ਲੂਗੀ, ਹੈਂ ਹੋਰ ਜਲੂਸ ਨਿਕਲੂਗਾ ਆਪਣਾ। ਅਗਲਾ ਕਹੂਗਾ ਵਿਆਹ ਤੋਂ ਪਹਿਲਾਂ ਤਾਂ ਤੁਸੀਂ ਨੇ ਹਾਂ ਕਰਤੀ ਸੀ ਵੀ ਅਸੀਂ ਪੜਾਵਾਂਗੇ, ਵੀ ਹੁਣ ਕੀ ਗੱਲ ਕੀ ਤੁਹਾਡੇ ਨਾਗ ਲੜ ਗਿਆ? ਇਹੀ ਗੱਲ ਆ ਮਾਂ। ਫਿਰ ਹੁਣ ਕੀ ਬਣਨਾ ਚਾਹੀਦਾ ਭਾਈ? ਮੇਰੀ ਗੱਲ ਸੁਣ ਲਾ, ਮੇਰੇ ਬੇਪਰਵਾਹੇ ਨਾ ਨਾ ਤਾਂ ਉਹਨੂੰ ਪੜਨ ਲਾਉਣਾ ਕਿਤੇ ਨਹੀਂ ਲਾਉਣਾ ਹੈਗਾ। ਮੈਂ ਤਾਂ ਲਾਉਂਦੀ ਨਹੀਂ, ਪਹਿਲਾਂ ਤਾਂ ਕੁੜੀ ਪੜ੍ਹਦੀ ਸੀਗੀ, ਉਦੋਂ ਮੈਨੂੰ ਸੁੱਖ ਨਹੀਂ ਮਿਲਿਆ ਹੈਗਾ, ਉਹ ਮੌਜ ਨਾਲ ਚੱਕਦੀ ਵੀ ਕਿਤਾਬਾਂ ਕਾਲਜ ਵਗ ਜਾਂਦੀ ਸੀ, ਉਹ ਵੀ ਤਾਂ ਭਾਂਡੇ ਮਾਂਜਦੀ ਆ ਜਾ ਕੇ, ਹੈਂ ਇਹ ਨਹੀਂ ਕਰ ਸਕਦੀ ਕੰਮ, ਇਹਨੂੰ ਪੜਨ ਨਾ ਦੱਸ ਹੁਣ ਕੀ ਗਾਹਾਂ, ਇਹ ਹੈਡਮਾਸਟਰ ਨਹੀਂ ਲੱਗੂਗੀ। ਕਹੀ ਕਹੀਗੇ ਵੀ ਨੌਕਰੀ ਲੱਗ ਜੂ, ਨੌਕਰੀ ਲੱਗ ਜੂ। ਕਿਹੜੀਆਂ ਨੌਕਰੀਆਂ ਨੇ ਪੁੱਤ, ਲੋਕ ਥੈਲਿਆਂ ਦੇ ਥੈਲੇ ਚੱਕੀ ਫਿਰਦੇ ਨੇ ਰੁਪਈਆਂ ਦੇ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ, ਨਾਲੇ ਇਹਨੂੰ ਧਰੀਆਂ ਪਈਆਂ ਨੇ, ਇਹਨੂੰ ਤਾਂ ਡੀਕਣ ਲੱਗ ਰਹੇ ਨਾ ਸਰਕਾਰੀ ਨੌਕਰੀ ਵਾਲੇ ਵੀ ਕਦ ਉਹਨਾਂ ਦੀ ਬਹੂ ਆਊਗੀ, ਕਦ ਅਸੀਂ ਨੌਕਰੀ ਦੇ ਬਿਠਾਵਾਂਗੇ ਕੁਰਸੀ ਤੇ। ਇਹ ਤਾਂ ਤੁਸੀਂ ਗੱਲ ਸਹੀ ਹੈ ਮਾਤਾ, ਆਹੋ ਧਰਮੇ ਧੁਰਮੇ ਆਪਾਂ ਦੇਖਦੇ ਰਹੇ ਨੌਕਰੀਆਂ ਦੇ, ਫਿਰ ਇਹਨੂੰ ਵੀ ਸੋਚਣਾ ਚਾਹੀਦਾ ਨਾ ਵੀ ਪੜ੍ਹਾਈ ਪੜ੍ਹਾਈ ਕੁਛ ਨਹੀਂ ਰੱਖਿਆ ਉਹਦਾ ਘਰ ਦਾ ਕੰਮ ਕਰ। ਮੇਰੀ ਗੱਲ ਸੁਣ ਲਾ, ਉਹਨੂੰ ਜੇ ਤਾਂ ਮੈਂ ਕਹਿੰਦੀ ਆ ਫਿਰ ਤਾਂ ਅਗਲਾ ਕਹੂਗਾ ਸੱਸ ਮਾੜੀ ਆ, ਉਹ ਬੋਲਦੇ ਆ ਸੱਸ ਪੈਂਦੀ ਆ ਬੁਰੇ, ਤੂੰ ਪੁੱਤ ਮੈਨੂੰ ਤਾਂ ਬੁਰੇ ਨਾ ਪੈਣ ਦੇ, ਤੂੰ ਉਹਨੂੰ ਆਪੇ ਐਂ ਕਰ ਕਹਿ ਦੇ ਵੀ ਕੋਈ ਲੋੜ ਨਹੀਂ ਪੜ੍ਹਨ ਦੀ, ਕਿਸੇ ਮਰਜ਼ੀ ਹਿਸਾਬ ਨਾਲ ਕਹਿ ਉਹਨੂੰ ਬਸ ਪੜ੍ਹਨਾ, ਲਾਉਣੀ ਲਾਉਣਾ ਨਹੀਂ, ਜ਼ਿਆਦਾ ਕੰਮ ਨਹੀਂ ਮੈਂ ਖਾਂਦੀ ਤੇਰੀ। ਕੋਈ ਨਾ ਮਾਤਾ, ਕੋਈ ਆਪੇ ਗੱਲ ਗੋਲ ਮੋਲ ਜੀ ਕਰ ਦਾਂਗੇ, ਸਿੱਧਾ ਜਵਾਬ ਨਹੀਂ ਦੇਣਾ। ਤੈਨੂੰ ਪਤਾ ਜੇ ਸਿੱਧਾ ਜਵਾਬ ਦੇਤਾ ਨਵੀਆਂ ਨਵੀਆਂ ਰਿਸ਼ਤੇਦਾਰੀਆਂ ਨੇ ਨਵੇਂ ਕਾਹਨੂੰ ਪਰਿਵਾਰ ਬਣ ਜਾਂਦਾ। ਨਵੀਂ ਤਾਂ ਪੁਰਾਣੀ ਮਿੰਟ ਹੁੰਦੀ ਆ ਲਾਉਣ ਲੱਗਣ ਨੂੰ, ਇਹ ਤਾਂ ਨਵੀਂ ਅੱਜ ਨਵੀਂ ਆ ਕੱਲ ਨੂੰ ਪੁਰਾਣੀ ਹੋ ਜੂਗੀ, ਫਿਰ ਆਏ ਹੁਣ ਇਹਦੇ ਥੱਲੇ ਲੱਗ ਕੇ ਰਹਿਣਾ ਸਾਰੀ ਉਮਰ, ਆਪਾਂ ਹੀ ਮੇਰੇ ਤੋਂ ਲੱਗੇ ਹੋਏ ਮੈਂ ਗਿਆ। ਚਲ ਐਂ ਕਰਦੇ ਮਾਤਾ, ਹਾਂ ਆਪਾਂ ਇਥੇ ਇਹਦੇ ਨਾਲ ਗੱਲ ਕਰ ਲਾਂਗੇ, ਇਹਨੂੰ ਗੱਲੀ ਬਾਤੀ ਟਾਲ ਕੇ ਦੇਖ ਲੂਗਾ। ਲੈ ਬਾ ਸਿਆਣਾ, ਕਹਿੰਦਾ ਮਾਤਾ ਆਪਾਂ ਗੱਲ ਕਰ ਲਾਂਗੇ, ਮੈਂ ਨਹੀਂ ਗੱਲ ਕਰਦੀ, ਮੈਨੂੰ ਬੁਰੇ ਪਾਉਣ ਫਿਰ ਤੰਗ, ਤੂੰ ਹੀ ਕਹਿ ਦੇ ਕਿਸੇ ਸਾਹਿਬ ਜੇ ਨਾਲ ਉਹਨੂੰ। ਚਲ ਕੋਈ ਨਾ ਮੈਂ ਆਪੇ ਕਰ ਲੂਗਾ, ਕਹਿ ਦੇਗਾ ਕਹਿ ਦੂਗਾ, ਬਸ ਪੜਨਾ ਨਹੀਂ ਲਾਉਣੀ। ਠੀਕ ਆ ਮਾਂ, ਜਿਵੇਂ ਤੂੰ ਕਹੇਂਗੇ ਭਾਵੇਂ ਕਰ ਲਾਂਗੇ। ਹਾਂ ਠੀਕ ਆ, ਕੋਈ ਨਾ ਕੋਈ ਤਾਂ ਸਲਾਹ ਬਣਾਈ ਤੂੰ, ਠੀਕ ਆ? ਐਂ ਤਾਂ ਮੈਨੂੰ ਪਤਾ ਮਾਂ ਨਾ ਤੇਰੇ ਤੇ ਦਿਮਾਗ ਤਾਂ ਤੇਰੇ 'ਚ ਮੇਰੇ ਵਾਲੀ ਹੈਗਾ। ਚਲ ਠੀਕ ਆ ਮਾਤਾ, ਹਾਂ ਤੇਰੇ ਬਾਪ ਵਰਗਾ ਨਹੀਂ ਹੈਗਾ, ਉਹ ਗੁਰੂ ਜਾ। ਚੰਗਾ ਮੈਂ ਜਾਂਦੀ ਹਾਂ ਫਿਰ। ਚੰਗਾ ਮਾਤਾ ਜਾ, ਕਰ ਲਈ ਗੱਲ, ਕੋਈ ਨਾ ਕੋਈ ਮੈਂ ਕਰ ਲੂੰ, ਪੋਚੇ ਲਾਉਣ ਲੱਗ ਰਹੀ ਹੈ, ਠੀਕ ਆ? ਮਾਂ ਇੱਕ ਗੱਲ ਸੁਣ, ਹਾਂ ਨਾਲੇ ਉਹ ਵੀ ਤੈਨੂੰ ਪਤੀ ਹੈ ਵੀ ਇਹ ਪੜ੍ਹਨ ਲਾ ਦੀਏ ਮਾਹੌਲ ਹੈ ਨਹੀਂਗਾ। ਹੁਣ ਤਾਂ ਵੀ ਅੱਜ ਕੱਲ੍ਹ ਤੈਨੂੰ ਪਤਾ ਕਾਲਜਾਂ ਦੇ ਵਿੱਚ ਕੀ ਕੁਛ ਹੋ ਰਿਹਾ ਹੈਗਾ ਪੁੱਤ, ਕੋਈ ਇਹ ਸੌ 'ਚੋਂ ਇੱਕ ਚੰਗਾ ਹੁੰਦਾ ਗਾ ਜਵਾਕ, ਨਾਲੇ ਬਾਕੀ ਉਧਰ ਦੀ ਉਧਰ ਹੋਰ ਚੰਗਾ ਦਾ ਚੰਗਾ ਕੁੜੀਆਂ ਆਪ ਚ ਸਿਖਾਈ ਜਾਂਦੇ ਨੇ, ਤੇਰੀ ਸੱਸ ਕਿਵੇਂ ਆ, ਤੇਰਾ ਘਰ ਵਾਲਾ ਕਿਵੇਂ ਆ, ਤੇਰਾ ਘਰ ਵਾਲਾ ਤਾਂ ਸੋਹਣਾ ਨੀ, ਮਨ ਕਰੀ ਕਹਿੰਦੇ ਉਹਨਾਂ ਨੂੰ ਮੋਟਾ ਜਾ ਘੋਗੜ ਜਾ, ਕੀ ਮੰਗਦੀਆਂ ਗੀਆਂ ਤਾਂ ਹੋਰ, ਨਾਲੇ ਕੋਈ ਆਪਦਾ ਹੋਵੇ ਤਾਂ ਵੀ ਕਹੀਏ। ਹਾਂ ਬਗਾਨਾ ਕੋਣਾ ਬਗਾਨਾ ਕੋਣਾ, ਕੀ ਪਤਾ ਕਿੱਥੇ ਸੱਚ ਖੇ ਪੈ ਜੇ। ਕੋਈ ਪਤਾ ਨਹੀਂ ਪੁੱਤ, ਡਰ ਲੱਗਦਾ ਕੱਲ ਨੂੰ ਲੋਕ ਗੱਲਾਂ ਬਣਾਉਣਗੇ, ਫਲਾਣੀ ਦੀ ਨੂੰ ਇਹੀ ਜੀ ਹੈਗੀ, ਬੋਲਣ ਨੂੰ ਤਾਂ ਐਡਾ ਡੰਡਾ ਲੱਗ ਰਿਹਾ ਉਹਦੇ, ਹੈ ਨੂੰ ਉਹਦੀ ਉਹ ਫਿਰਦੀ ਹੈਗੀ ਕਾਲਜਾਂ 'ਚ ਵਾਲ ਖੰਡਿਆਈ,
ਤੈਨੂੰ ਪਤਾ ਹੈਗਾ ਤੇਰਾ ਅੱਜ ਕੱਲ੍ਹ ਆਏ ਨੀ ਹੈਗੇ ਵੀ ਊ ਵਗ ਜਾਣਗੇ ਖੁੱਲੇ ਵਾਲ ਸੱਟ ਸੱਟ ਜਾਣਗੇ ਕਿਧਰੇ ਤੈਨੂੰ ਪਤਾ ਹੈਗਾ ਪੁੱਤ ਬਸ ਕਾਹਨੂੰ ਕਹੋ ਨਾ ਮੇਰੇ ਤੋਂ ਤੂੰ ਤਾਂ ਮੇਰੇ ਨਾਲ ਜ਼ਿਆਦਾ ਸਿਆਣਾ ਹੈਗਾ ਚੱਲ ਮੈਂ ਤੇਰਾ ਜਵਾਬ ਹੀ ਦੇ ਦਾਂਗੀ ਹਾਂ ਤੂੰ ਜਵਾਬ ਦੇ ਦੀ ਚੰਗਾ ਮੈਂ ਕੰਮ ਜਿਹਾ ਕਰ ਤੂੰ ਥੋੜ੍ਹਾ ਜਿਹਾ ਠੀਕ ਹੈ ਮਾਤਾ ਸੱਚ ਮੈਂ ਐਂ ਕਹਿੰਦੀ ਸੀਗੀ ਮੈਂ ਤਾਂ ਦੁਕਾਨ ਤੇ ਜਾ ਕੇ ਉਹਨਾਂ ਕਹਿੰਦੀ ਸੀ ਸੂਈ ਤਾਕਾ ਨੀ ਹੈਗਾ ਹਾਂ ਚੰਗਾ ਜਾ ਕਰ ਲਾ ਗੱਲ ਇਹਦੇ ਬਾਰੇ ਸੋਚਾ ਜਾਂ ਮਾਂ ਬਾਰੇ ਪਰ ਮਾਹੌਲ ਹੈ ਨਹੀਂ ਅੱਜ ਕੱਲ੍ਹ ਚੱਲ ਜਵਾਬ ਹੀ ਦੇਣਾ ਤੂੰ ਮੰਮੀ ਤਾਂ ਮੈਨੂੰ ਕੀ ਕਹਿਣਾ ਉਹ ਤਾਂ ਇਹੀ ਕਹਿੰਦੀ ਸੀ ਬਈ ਪੜ੍ਹਨ ਨੂੰ ਕਹਿੰਦੀ ਆ ਸ਼ਾਲੂ ਮੈਂ ਕੋਈ ਗੱਲ ਨਹੀਂ ਮਾਂ ਦੱਸਦੇ ਕਿਵੇਂ ਕਰਨਾ ਕਹਿੰਦੀ ਉਹ ਤਾਂ ਵੀ ਵਧੀਆ ਕਹਿੰਦੀ ਚੱਲ ਪੜ੍ਹ ਲਿਖ ਕੇ ਨੌਕਰੀ ਲੱਗ ਜੂਗੀ ਵੀ ਜੇ ਕਹਿੰਦੀ ਐਡਮਿਸ਼ਨ ਕਰਾ ਦੇ ਮੈਂ ਕੋਈ ਨਾ ਮਤਾ ਪੜ੍ਹ ਦਾਂਗੇ ਆਪਾਂ ਦਾਖਲਾ ਸੱਚੀ ਜੀ ਮੈਨੂੰ ਤਾਂ ਵੈਸੇ ਐਂ ਲੱਗ ਰਿਹਾ ਸੀ ਸ਼ਾਇਦ ਮੰਮੀ ਤਿਆਰ ਨਹੀਂ ਹੈਗੇ ਮੈਨੂੰ ਪੜ੍ਹਾ ਕੇ ਨਾ ਨਾ ਮਾਤਾ ਤਾਂ ਤਿਆਰ ਆ ਨਾਲੇ ਮਾਤਾ ਕਿੱਥੋਂ ਜਵਾਬ ਦਿੰਦੀ ਹੈ ਬਸ ਮੈਂ ਕਰੀ ਵੀ ਤੀ ਗੱਲ ਜਿੱਥੇ ਕੰਮ ਕਰਦਾ ਤੈਨੂੰ ਪਤਾ ਹੁਣ ਖੇਤੀ ਵਾਲੇ ਪੈਸੇ ਤਾਂ ਇੱਧਰ ਉੱਧਰ ਹੀ ਲੱਗ ਜਾਂਦੇ ਨੇ ਉਹ ਕਹਿੰਦਾ ਬਈ ਪਿੱਛੇ ਤੈਨੂੰ ਪਤਾ ਵਿਆਹ ਕਰਕੇ ਸਾਰੇ ਪੈਸੇ ਪਹਿਲੀ ਆਏ ਪਏ ਨੇ ਵੀ ਹੁਣ ਬਈ ਪੈਸੇ ਹੋਰ ਹੈ ਨਹੀਂ ਇੰਨੇ ਉਹਦੇ ਕਰਕੇ ਬਸ ਹੁਣ ਜੇ ਕਿਸੇ ਪਾਸੋਂ ਡਿੱਕਾ ਲੱਗੂਗਾ ਤਾਂ ਪੈਸਾ ਕਿਹ ਲੱਗੂਗਾ ਆਪਾਂ ਨੂੰ ਜੀ ਪੈਸੇ ਇੰਤਜ਼ਾਮ ਤਾਂ ਹੋ ਜੂਗਾ ਕਿੱਥੋਂ ਜਿਹੜੇ ਮੈਂ ਸ਼ਗਨ ਵਾਲੇ ਪੈਸੇ ਨਹੀਂ ਸੀ ਮੈਂ ਕਿਹੜਾ ਵਰਤੇ ਨੇ ਉਹ ਉਵੇਂ ਦੇ ਉਵੇਂ ਪਏ ਨੇ ਉਹ ਕਿੰਨੇ ਕੁ ਹੋਣੇ ਕੀ ਹੋ ਜੂ ਉਹਦੇ ਨਾਲ ਜੇ ਹੁਣ ਕਾਲਜ ਲੱਗੇਗੀ ਇਕੱਲੀ ਉੱਥੇ ਦਾਖਲੇ ਦੇ ਪੈਸੇ ਥੋੜ੍ਹੀ ਚਾਹੀਦੇ ਨੇ ਉਹ ਕਾਪੀਆਂ ਕਿਤਾਬਾਂ 'ਤੇ ਵੀ ਖਰਚ ਆਊਗਾ ਉੱਥੇ ਜਾਣ ਵਾਸਤੇ ਥੋੜ੍ਹਾ ਬਹੁਤਾ ਕੱਪੜਾ ਲੀੜਾ ਵੀ ਤਾਂ ਚਾਹੀਂਗੀ ਹੁਣ ਜਿਵੇਂ ਸਮਾਜ ਵਿੱਚ ਬੰਦੇ ਨੇ ਜਾਣਾ ਹੁੰਦਾ ਉਨੀਆਂ ਜਿਹਾ ਪਹਿਰਾਵਾ ਵੀ ਜ਼ਰੂਰੀ ਆ ਮੈਂ ਤੈਨੂੰ ਪਤਾ ਉਹ ਸ਼ਗਨ ਵਾਲੇ ਪੈਸਿਆਂ ਨਾਲ ਕੀ ਬਣਦਾ ਗਾ ਬਾਕੀ ਤੂੰ ਚੱਕਰ ਨਾ ਮੰਨ ਮੈਂ ਇੱਕ ਦੋ ਦੋਸਤ ਨੂੰ ਫੋਨ ਕਰਿਆ ਹੋਇਆ ਆਪਣਾ ਹੋ ਜੂਗਾ ਇੰਤਜ਼ਾਮ ਠੀਕ ਆ ਕਿਵੇਂ ਨਾ ਕਿਵੇਂ ਕਰ ਦਾਂਗੇ ਨਹੀਂ ਬਾਈ ਤੇਰੀ ਐਡਮਿਸ਼ਨ ਤਾਂ ਕਰਾਉਣੀ ਆ ਕੋਈ ਗਹਿਣਾ ਘੱਟਾ ਵੇਚ ਦਾਂਗੇ ਜਿਹੜਾ ਹੈਗਾ ਤੇਰੀ ਪੜ੍ਹਾਈ ਥੋੜ੍ਹੀ ਰੋਕਣੀ ਆ ਜਦੋਂ ਕੋਈ ਨੌਕਰੀ ਨੌਕਰੀ 'ਤੇ ਲੱਗ ਗਈ ਹੋਰ ਬਥੇਰੇ ਬਣ ਜਾਣਗੇ ਬਸ ਜੀ ਮੈਂ ਵੀ ਇਹੀ ਕਹਿੰਦੀ ਹਾਂ ਤੁਸੀਂ ਟੈਨਸ਼ਨ ਨਾ ਲਓ ਬਸ ਮੇਰੀ ਉਹਨਾਂ ਡਿਗਰੀ ਪੂਰੀ ਹੋ ਜੇ ਮੈਨੂੰ ਪਤਾ ਮੈਂ ਕਿਤੇ ਨਾ ਕਿਤੇ ਨੌਕਰੀ 'ਤੇ ਤਾਂ ਲੱਗ ਕੇ ਜਾਊਂਗੀ ਚੱਲ ਐਂ ਤਾਂ ਮੈਨੂੰ ਤੇਰੇ 'ਤੇ ਮਾਣ ਆ ਚੱਲ ਕੋਈ ਨਾ ਪੈ ਜਾ ਤੂੰ ਹੁਣ ਟੈਨਸ਼ਨ ਨਾ ਲਈ ਬਹੁਤੀ ਸਵੇਰੇ ਸੰਦੇਹੀ ਉੱਠ ਜੀ ਫਿਰ ਦੇਖਦੇ ਅੱਗੇ ਕੀ ਕਰਨਾ ਠੀਕ ਹੈ ਜੀ ਮੈਂ ਸੰਦੇ ਚੱਲ ਕੋਈ ਨਾ ਕੋਈ ਨਾ ਪੈ ਜਾ ਕੀ ਕਰੀਏ ਪਰਮਿਸ਼ਨ ਕਰਾਈਏ ਜਾਣਾ ਇਹਨੂੰ ਤਾਂ ਦਿਲਾਸਾ ਜਿਹਾ ਦੇ ਤਾ ਚਲੋ ਬਾਕੀ ਸਵੇਰੇ ਦੀ ਸਵੇਰੇ ਦੇਖੀ ਜਾਓ ਹੁਣ ਤਾਂ ਪਈਏ ਚਲ ਅੱਜ ਤਾਂ ਸਾਰੇ ਕੰਮ ਮੈਂ ਸੰਦੇਹਾ ਹੀ ਨਿਬੇੜਤੇ ਫਿਰ ਜਾਣਾ ਵੀ ਆ ਮੰਮੀ ਨੂੰ ਚਾਹ ਦਿਆਂ ਨਾਲੇ ਉਹਨਾਂ ਨੂੰ ਕਹਿੰਦਾ ਪਿੱਛੋਂ ਘਰ ਦਾ ਧਿਆਨ ਰੱਖਿਓ ਮੰਮੀ ਜੀ ਮੰਮੀ ਜੀ ਉੱਠ ਜਾਓ ਚਾਹ ਪੀ ਲਓ ਹੈ ਅੱਜ ਪੁੱਤ ਇੰਨੇ ਸੁਨੇਹਾ ਉੱਠ ਖੜੀ ਤੂੰ ਓਹੋ ਮੰਮੀ ਜੀ ਹੁਣ ਤਾਂ ਛੇਤੀ ਉੱਠ ਗਈ ਨਾ ਤੁਹਾਨੂੰ ਪਤਾ ਤਾਂ ਹੈਗਾ ਮੈਂ ਕੱਲ੍ਹ ਦੱਸਿਆ ਜੀ ਤੁਹਾਨੂੰ ਮੈਂ ਐਡਮਿਸ਼ਨ ਕਰਾਉਣ ਜਾਣਾ ਉਸ ਕਰਕੇ ਐਡਮਿਸ਼ਨ ਕਰਾਉਣ ਜਾਣਾ ਪੁੱਤ ਹਾਂਜੀ ਪੁੱਛ ਲਿਆ ਸਿੰਮੀ ਨੂੰ ਤੇ ਹਾਂਜੀ ਹਾਂ ਕੀ ਕਹਿੰਦਾ ਸਿੰਮੀ ਉਹ ਕਹਿੰਦੇ ਕੋਈ ਗੱਲ ਨੀ ਚੱਲ ਪਾਂਗੇ ਸਵੇਰੇ ਤਾਂ ਹੀ ਦੱਸ ਪੈਸਿਆਂ ਦਾ ਇੰਤਜ਼ਾਮ ਹੋ ਗਿਆ
ਮੰਮੀ ਜੀ ਇਹ ਕਹਿੰਦੇ ਸੀ ਵੀ ਮੈਂ ਕਿਤੇ ਨਾ ਕਿਤੇ ਪੈਸੇ ਇੰਤਜ਼ਾਮ ਕਰ ਲੂੰਗਾ, ਜੇ ਨਾ ਪੈਸੇ ਦਾ ਇੰਤਜ਼ਾਮ ਹੋਇਆ ਫਿਰ ਵੀ ਫਿਰ ਜਾਂਦੀ ਨੀ? ਨਹੀਂ ਨਹੀਂ ਜੀ, ਇਹ ਕਹਿੰਦੇ ਸੀ ਆਪਾਂ ਨਾ ਜਿਹੜੇ ਟੁੰਮਾਂ ਪਈਆਂ ਨੇ ਉਹਨਾਂ 'ਚ ਕੁਛ ਵੇਚ ਦਾਂਗੇ ਅਤੇ ਤੇਰੇ ਐਡਮਿਸ਼ਨ ਭਰੇ ਆਵਾਂਗੇ, ਜਾਂ ਫਿਰ ਗਿਰਵੀ ਧਰ ਦਾਂਗੇ। ਠੀਕ ਹੈ ਚੱਲ ਕੋਈ ਨਾ ਪੁੱਤ, ਲੈ ਚਾਹ ਫੜਾ ਦੇ ਮੈਨੂੰ, ਗਰਮ ਤਾਂ ਨਹੀਂ? ਨਾ ਨਾ ਮੰਮੀ ਜੀ, ਚੱਲ ਚੰਗਾ ਮੰਮੀ ਜੀ, ਬਸ ਮੇਰਾ ਇੱਕ ਅੱਧਾ ਕੰਮ ਰਹਿ ਗਿਆ, ਮੈਂ ਨਿਬੇੜਦਾ ਫਿਰ ਅਸੀਂ ਜਾਣਾ ਸੀਗਾ ਨਾ। ਠੀਕ ਆ, ਦੇਖ ਲਾ ਅੱਗ ਲੱਗੇ ਚਾਹ ਖੜਕੇ, ਚਾਹ ਕਿਹੜਾ ਟੱਪਦੀ ਆ, ਤੜਕੇ ਤੜਕੇ ਸੁੱਤੀ ਉੱਠਦੀ ਨੂੰ ਦੇਖ ਲਾ ਕਿਹੋ ਜਿਹੀ ਖੁਸ਼ਖਬਰੀ ਦਿੱਤੀ ਆ। ਆਹ ਮੁੰਡਾ ਦੇਖ ਲਾ ਕੰਜਰ ਨਾ, ਇਹ ਵੀ ਦੁਗਲਾ ਬਣਦਾ ਵਾ, ਜੋਰੋ ਦਾ ਗੁਲਾਮ, ਕਹਿੰਦਾ ਗਹਿਣੇ ਵੇਚ ਦਾਂਗੇ, ਚੌੜੀ ਹੋ ਕੇ ਦੱਸਦੀ ਆ ਵੀ ਗਹਿਣੇ ਵੇਚ ਦੂੰਗੀ। ਕਿਉਂ, ਮੁੰਡੇ ਦੇ ਬਾਪ ਨੇ ਕਰਾ ਕੇ ਪਾ ਕੇ ਗਿਆ ਤੀ ਤੇ ਤੇਰੇ ਬਾਪ ਨੇ ਕਰਾ ਕੇ ਦਿੱਤੇ ਸੀਗੇ ਜਿਹੜੇ ਗਹਿਣੇ ਵੇਚੋਗੇ। ਮੈਂ ਕਰ ਰਾਜ, ਹੁਣ ਤਾਂ ਪਾਣੀ ਨਾ ਸਿਰ ਉੱਤੋਂ ਹੀ ਟੱਪ ਗਿਆ, ਹੁਣ ਤਾਂ ਕੁਛ ਨਾ ਕੁਛ ਕਰਨਾ ਪਊਗਾ। ਪਹਿਲਾਂ ਤਾਂ ਮੇਰਾ ਤਾਂ ਜੀ ਕਰਦਾ ਵੀ ਮੁੰਡੇ ਦੇ ਜਾ ਕੇ ਢਿੱਡ 'ਚ ਟੱਕਰ ਮਾਰਾਂ ਕੰਜਰ ਦੇ, ਬੇੜਾ ਬੈਠੇ ਨਿੱਤ ਪਾ ਲਈ ਮੈਂ ਤਾਂ, ਅਸੀਂ ਜੀ ਲਾਦ ਨਾਲ ਤਾਂ ਇੱਕ ਕੁੜੀ ਹੋਰ ਹੋ ਜਾਂਦੀ, ਵਿਆਹ ਕੇ ਤਾਂ ਤੋੜ ਦਿੰਦੀ, ਧੋਏ ਧੀਆਂ ਹੁੰਦੀਆਂ। ਆਹ ਮੁੰਡਾ ਦੇਖ ਲਾ ਬੜਾ ਪੰਗਾ ਛਿੜਿਆ, ਮੈਂ ਮਰ ਜਾਂ ਕਿਤੇ ਸੱਚੀਆਂ ਟੁੰਮਾਂ ਵੇਚਣ ਦੀ ਸਲਾਹ ਕਰਕੇ ਹੈ ਜਿਹੜੀ, ਇਹਨਾਂ ਨੇ ਸੱਚੀ ਤਾਂ ਨਹੀਂ ਵੇਚਦੇ ਹੈਗੇ, ਮੈਂ ਤਾਂ ਮਸਾਂ ਕਰਵਾਈਆਂ ਨੇ। ਲਾਏ ਕਰ ਚਾਹ ਚੂਹ ਤਾਂ ਸਾਡਾ, ਪਰ ਮੁੰਡੇ ਨਾਲ ਗੱਲ ਕਰਦੀ ਹਾਂ ਮੈਂ ਤਾਂ ਜਾ ਕੇ, ਪਹਿਲਾਂ ਤਾਂ ਮੁੰਡੇ ਨੂੰ ਪੁੱਛਦੀ ਹਾਂ, ਮੇਰਾ ਤਾਂ ਜੀ ਕਰਦਾ ਸਿਰ ਫੋੜਦਾ ਆਉਂਦਾ ਜਾ ਕੇ ਕੰਜਰ ਦਾ ਮਾਰ ਕੇ ਸਿਰ 'ਚ ਕੁਛ। ਹਾਏ ਹਾਏ ਤਾਂ ਲੰਘ ਲਾ ਗੇਰਾ। ਲੈ ਪਾਵਾਂ ਬੂਟ ਜੇ, ਬੂਟ ਬਾਟ ਪਾ ਕੇ ਫਿਰ ਮਾਂ ਨਾਲ ਜਾ ਕੇ ਕਰਾਂ ਗੱਲ, ਗੁੱਸਾ ਕਰੇਗਾ। ਹਾਂ ਮਾਂ। ਮਾਂ ਮੇਰੀ ਗੱਲ ਸੁਣ, ਆਹ ਕੀ ਸੁਣਦੀ ਹਾਂ ਮੈਂ, ਕੀ ਹੋ ਗਿਆ? ਦੇਖੀ ਮੇਰੀ ਕੀ ਹੋ ਗਿਆ ਜਿਹਨੂੰ ਕਾਸੇ ਦਾ ਪਤੀ ਨਹੀਂ ਹੁੰਦਾ ਹੈਗਾ। ਮੇਰੀ ਗੱਲ ਸੁਣ, ਮੈਨੂੰ ਆਹ ਉਮੀਦ ਨਹੀਂ ਦੀ ਤੇਰੇ ਤੋਂ ਵੀ ਤੂੰ ਧੀਵੀ ਦਾ ਗੁਲਾਮ ਬਣ ਜਾਏਗਾ। ਉਹ ਮਾਂ ਕਈਆਂ ਜਿਹੀਆਂ ਗੱਲਾਂ ਕਰੀ ਜਾਂਦੀਆਂ, ਤੈਨੇ ਕਦੇ ਸੁਣੇਗਾ ਵੀ ਕੀ ਕੀ ਕੁਛ ਉੱਠਦਾ ਹੁਣ ਤੈਨੂੰ? ਤੂੰ ਕਹਿੰਦਾ ਸਾਰਾ ਕੁਛ ਬਸ ਦਿਮਾਗ ਚ ਉਹੀ ਘੁੰਮ ਰਹੀ ਹੈਗੀ, ਮਾਂ ਹੁਣ ਕਾਹਨੂੰ ਯਾਦ ਆ ਤੇਰੇ? ਮਤਾ ਕਹਿੰਦੇ ਹੁੰਦੇ ਵੀ ਜਿਹੋ ਜਿਹੀ ਕੋਕੋ ਉਹੋ ਜਿਹੀ ਕੁੱਕ ਦੇ ਬੱਚੇ। ਤੂੰ ਕਿੱਥੇ ਕੋਕੋ ਦੇ ਬੱਚੇ ਵਰਗਾ? ਉਹ ਫਿਰ ਤੈਨੂੰ ਮੈਂ ਹੋਰ ਕੋਲ ਦਾ ਬੱਚਾ ਲੱਗਦਾ ਕਿਸੇ ਪਾਸਿਓ? ਮਾਂ ਉਹ ਤਾਂ ਪਤਾ ਨੀ ਕਿਹੜਾ ਦੱਸ ਕੀ ਹੋ ਗਿਆ ਜਮਾ, ਕਦੇ ਕਦੇ ਤਾਂ ਤੂੰ ਜਮਾ ਮੇਰੇ ਵਰਗਾ ਲੱਗਦਾ ਗਾ, ਕਦੇ ਕਦੇ ਤਾਂ ਜੰਮੀ ਕੰਜਰਾ ਉਹਦੇ ਬਾਪ ਵਰਗਾ ਲੱਗਦਾ ਗਾ। ਤੂੰ ਗੱਲ ਤਾਂ ਦੱਸਦੇ ਕੀ ਹੋ ਗਈ? ਉਹ ਕਹਿੰਦੀ ਤੀ ਬਹੂ ਮੈਨੂੰ, ਕਹਿੰਦੀ ਦਾਖਲਾ ਭਰਨ ਜਾਵਾਂਗੇ, ਹੁਣ ਖਰਚਾ ਪਹਿਲਾਂ ਬਣਾਏ ਦੱਸ ਕਿੱਥੇ ਆਓ? ਉਹ ਤਾਂ ਬਾਹਰ ਆ ਪਤਾ, ਉਹ ਸ਼ੇਵ ਨਹੀਂ ਗਈ ਆ, ਬਾਲ ਬੁਲ ਵਾਰੀ ਆ, ਬਾਲ ਵਾ ਕੇ ਹੁਣ ਤੈਨੂੰ ਆਏ ਪਤਾ ਵੀ ਉਹ ਬਾਲ ਵਾ ਕੇ ਕਿੱਥੇ ਜਾਊਗੀ? ਮੈਨੂੰ ਕਹਿੰਦੀ ਅਸੀਂ ਤਾਂ ਦਾਖਲਾ ਭਰਨ ਜਾਵਾਂਗੇ, ਨਾਲੇ ਕਹਿੰਦੀ ਸੇਮੀ ਤਾਂ ਐਂ ਕਹਿੰਦਾ ਗਾ ਵੀ ਆਪਾਂ ਜੇ ਨਹੀਂ ਪੈਸੇ ਬਣਨਗੇ ਟੁੰਮਾਂ ਵੇਚ ਦਾਂਗੇ। ਪਰ ਤੇਰੇ ਬਾਪ ਨੇ ਕਰਾਈ ਜੇ ਟੁੰਮਾਂ, ਮੇਰਾ ਤਾਂ ਜੀ ਕਰਦਾ ਤੇਰੇ ਜਵਾੜੀ ਜਵਾੜੇ ਕੁੱਟਾਂ ਕੰਜਰ ਦੀ। ਮਾਤਾ ਜੇ ਮੈਂ ਤੈਨੂੰ ਆਪਦੇ ਦਿਮਾਗ ਦੀ ਸਕੀਮ ਦੱਸਤੀ ਨਾ, ਹਾਂ ਤੂੰ ਤਾਂ ਜਵਾੜੇ ਨੂੰ ਫਲੋਸੇਂਗੀ। ਬੇ ਬਸ ਕਰ ਬਸ ਕਰ, ਸਕੀਮ ਤਾਂ ਮੈਨੂੰ ਐਂ ਲੱਗਦਾ ਮੈਨੂੰ ਇਹ ਖੇਡਣੀ ਪਊਗੀ ਕੋਈ। ਮੈਂ ਤਾਂ ਥੱਲੇ ਵੀ ਆਉਣ ਲੱਗਿਆ ਤੀ ਆ, ਹਾਂ ਤੂੰ ਪਈ ਤੀ, ਮੈਂ ਕਿਹਾ ਪਹਿਲਾਂ ਤਿਆਰ ਪਿਆਰ ਹੋ ਜਾ, ਮਾਂ ਤੈਨੂੰ ਫਿਰ ਦੱਸੂਗਾ। ਹਾਂ ਤਿਆਰ ਹੋ ਕੇ ਕਾਲਜ ਦਾਖਲਾ ਭਰ ਕੇ ਫਿਰ ਆ ਕੇ ਮਾਂ ਨੂੰ ਦੱਸ ਦੇਗਾ। ਉਹ ਤੂੰ ਬਹੂ ਨੂੰ ਲੈ ਨਾ ਬਿਠਾਇਆ ਕੁਰਸੀ ਤੇ, ਮੈਂ ਤਾਂ ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਂਦੀ ਆ। ਮੇਰੀ ਗੱਲ ਸੁਣ, ਹਾਂ ਹੁਣ ਆਪਾਂ ਸੱਦੇ ਹੀ ਬਾਬਲ ਦੇ ਚੰਗੇ ਥੋੜ੍ਹੀ ਲੱਗਦੇ, ਮੈਂ ਤੈਨੂੰ ਪਹਿਲਾਂ ਵੀ ਆਖਿਆ ਸੀ। ਹਾਂ ਮੇਰੀ ਗੱਲ ਸੁਣ, ਮੈਂ ਇਹਨੂੰ ਆਖਿਆ ਕੋਈ ਚੱਕਰ ਨਹੀਂ ਜੇ ਪੈਸੇ ਨਾ ਬਣੇ ਆਪਾਂ ਟੁੰਮਾਂ ਵੇਚ ਲਾਂਗੇ, ਮੈਂ ਤਿਆਰ ਪਿਆਰ ਹੋ ਗਿਆ
ਬਿਲਕੁਲ ਉਹ ਚਾਹ ਦਾਖਲਾ ਭਰ ਚੱਲੀ ਜੋ ਸੁਨਿਆਰ ਦੇ ਟੁਮਾ ਵੇਚਣਗੇ ਕਦੋਂ ਕਦੋਂ ਇਹਨੂੰ ਬਾਰੇ ਖੜਾ ਦੂੰਗਾ ਕਦੋਂ ਵੀ ਸੁਨਿਆਰ ਦਾ ਟੁਮਾ ਲੈਤੀ ਹੈ ਆਈ ਨਹੀਂ ਗੱਲ ਬਣਦੀ ਜਿਵੇਂ ਤੂੰ ਬਣਾਉਂਦਾ ਗਾ ਮੇਰੀ ਗੱਲ ਸੁਣ ਮੇਰੇ ਇਸ ਕੀ ਮੈਂ ਸੁਣ ਮਾੜਾ ਜਿਹਾ ਉਹਦਾ ਹੋ ਜਾ ਲੇਟ ਹੋ ਕੇ ਫੇਰ ਉਹ ਕਿਤੇ ਨਹੀਂ ਲੇਟ ਹੁੰਦੇ ਹੋ ਗਈ ਮੈਂ ਤਿਆਰ ਦੱਸੋ ਹੁਣ ਕੀ ਕਰਨਾ ਕਰਨਾ ਤਾਂ ਕੁਛ ਨਹੀਂ ਛੇਤੀ ਕਰ ਜੇ ਲੇਟ ਹੋ ਗਏ ਫਿਰ ਤੂੰ ਮੈਨੂੰ ਲਾਂਬਾ ਦੇਂਗੀ ਵੀ ਖਾਉਣੇ ਪਤਾ ਨਹੀਂ ਕਦੋਂ ਨਹੀਂ ਜਾਂਦਾ ਓਹੋ ਨਹੀਂ ਦਿੰਦੀ ਲਾਂਬਾ ਬਸ ਮੈਂ ਆਪਦੇ ਆਹ ਕਾਗਜ਼ ਪੱਤਰ ਜੇ ਚੱਕ ਲਾ ਛੇਤੀ ਚੱਕ ਫਿਰ ਰਸਤੇ ਵਿੱਚ ਸੁਨਿਆਰ ਲਵੀ ਵੀ ਖੜਨਾ ਹੈਗਾ ਕੀ ਗੱਲ ਪੈਸੇ ਦਾ ਇੰਤਜ਼ਾਮ ਹੋਇਆ ਨਹੀਂ ਹੈਗਾ ਓਏ ਕੋਈ ਨਾ ਆ ਬਾੜੀਆਂ ਜੇ ਵੇਚ ਦਾਂਗੇ ਆਪਾਂ ਫਿਰ ਕਰਾ ਲਾਂਗੇ ਚਲੋ ਠੀਕ ਹੈ ਜੀ ਤੇ ਬੇਬੀ ਉਹਨਾਂ ਦੱਸੀ ਵੀ ਆਪਣੇ ਬਾੜੀਆਂ ਵੇਚੀਆਂ ਜੀ ਜੀ ਪਰ ਮੇਰੇ ਮੂੰਹੋਂ ਤਾਂ ਨਿਕਲ ਗਿਆ ਮਾਣੂ ਵੀ ਜੇ ਪੈਸੇ ਇੰਤਜ਼ਾਮ ਨਹੀਂ ਹੋਇਆ ਅਸੀਂ ਕੋਈ ਟੂਮ ਵੇਚ ਦਾਂਗੇ ਓਏ ਯਾਰ ਤੇਰਾ ਵੀ ਦਿਮਾਗ ਜਮਾ ਡੈਲ ਆ ਇਹ ਚੀਜ਼ਾਂ ਦੱਸਣ ਵਾਲੀਆਂ ਹੁੰਦੀਆਂ ਨੇ ਆ ਹੁਣ ਪਤਾ ਨਹੀਂ ਕੀ ਕਲੇਸ਼ ਪਾ ਕੇ ਖੜ ਜੇ ਸਰ ਹੁਣ ਕੀ ਕਰੀਏ ਪਰ ਹੁਣ ਦੱਸਤਾ ਦੱਸਤਾ ਬਾਕੀ ਬੇਬੀ ਮੇਰੇ ਲਈ ਆਈ ਸੀਗੀ ਉਹਦਾ ਕਹਿੰਦੀ ਵੀ ਕਰਵਾ ਲਓ ਐਡਮਿਸ਼ਨ ਫਿਰ ਮੈਂ ਉਹਨੂੰ ਦੱਸਿਆ ਨੀਗਾ ਬਾਣੀਆਂ ਬਾਰੇ ਤਾਂ ਚੱਲ ਠੀਕ ਆ ਤੂੰ ਚੱਕ ਕਦੇ ਲੇਟ ਹੋ ਜਾਈਏ ਚੱਕ ਦੇ ਜਿਵੇਂ ਫਿਰ ਚੱਲ ਪਿਆਰ ਤਾਂ ਹੁੰਦੀ ਫਿਰਦੀ ਆ ਚੱਲ ਕੋਈ ਨਾ ਦੇਖੀ ਚੱਲ ਅੱਗੇ ਤੇਰੇ 'ਤੇ ਕੀ ਗੇਮ ਪੈਂਦੀ ਆ ਵੇ ਚੱਲੀ ਹੁਣ ਲੇਟ ਹੋ ਜਾਵੇ ਹਾਂਜੀ ਹਾਂਜੀ ਆ ਗਈ ਆ ਬਸ ਸਰਟੀਫਿਕੇਟ ਦੇ ਚੱਕਰ ਲੱਗ ਗਈ ਸੀ ਪੂਰੇ ਨੇ ਚੱਲ ਲੈ ਇਹ ਤਾਂ ਹੋ ਗਏ ਤਿਆਰ ਜਾਣ ਵਾਸਤੇ ਉਹ ਵੀ ਰਾਜ ਹੁਣ ਆਪਦੀ ਤਿਆਰੀ ਕਰ ਲੈ ਅੱਜ ਕੁਛ ਮਰਜ਼ੀ ਹੋ ਜੇ ਪਰ ਇਹਨੂੰ ਮੈਂ ਜਾਣ ਨਹੀਂ ਦਿੰਦੀ ਹੈਗੀ ਜੇ ਇਹ ਬਾਗੀ ਫਿਰ ਤਾਂ ਮੈਂ ਹਾਰ ਗਈ ਉਹ ਜਿੱਤ ਗਈ ਕਰ ਲਾ ਤਿਆਰੀ ਕੋਈ ਨਾ ਮਾੜਾ ਜਿਹਾ ਜਾਣ ਦੇ ਇਹਨਾਂ ਨੂੰ ਤੁਸੀਂ ਕਰੋ ਡਾਕਟਰ ਨੂੰ ਫੋਨ ਕਰੋ ਮੈਂ ਕਰ ਦੋ ਐ ਕਰ ਪਾਣੀ ਦੇ ਛਿੱਟੀ ਮਾਰ ਕੇ ਦੇਖ ਲਾ ਮੈਂ ਲੈ ਕੇ ਆਨੀ ਆ ਪਾਣੀ ਹੈਲੋ ਹਾਂਜੀ ਡਾਕਟਰ ਸਾਹਿਬ ਦੁਕਾਨ ਤੇ ਵੀ ਬੇਬੀ ਨੂੰ ਪਤਾ ਨਹੀਂ ਕਿਵੇਂ ਚੱਕਰ ਖਾ ਕੇ ਡਿੱਗ ਗਈ ਜੀ ਕੋਈ ਨਾ ਜੀ ਲਿਆਉਣੇ ਜੀ ਅਸੀਂ ਉਰੇ ਲਿਆਉਣੇ ਜੀ ਠੀਕ ਹੈ ਉੱਥੇ ਲੈ ਕੇ ਜਾਣਾ ਪਊ ਚਲੋ ਮੈਂ ਫੋਨ ਮਾਰ ਰਿਹਾ ਤਾਰੀ ਨੂੰ ਗੱਡੀ ਮੰਗਾ ਲੈਣਾ ਕਰੋ ਫੋਨ ਹੈਲੋ ਜੀ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਤਾਂ ਕੀ ਦੱਸਿਆ ਡਾਕਟਰ ਨੇ ਡਾਕਟਰ ਕਹਿੰਦਾ ਮੈਂ ਤਾਂ ਰਿਪੋਰਟ ਆ ਗਈ ਆ ਦੌਰੇ ਦੀ ਸ਼ਿਕਾਇਤ ਆਈ ਆ ਕਹਿੰਦਾ ਬਈ ਮਾੜਾ ਜਿਹਾ ਕਿਹੜਾ ਮੱਤ ਦੇ ਲਵੇ ਰਿਹਾ ਕਰੋ ਐ ਨਹੀਂ ਪਤਾ ਕਦੋਂ ਦੌਰਾ ਪੈ ਜੇ ਜੇ ਦੌਰਾ ਪੈ ਕੇ ਕਿਤੇ ਡਿੱਗੀ ਰਹਿ ਗਈ ਕਹਿੰਦਾ ਬਸ ਫਿਰ ਤਾਂ ਰੱਬੀ ਜਾਣੇ ਕਹਿੰਦਾ ਬਈ ਬਚੂ ਜਾਂ ਨਾ
ਚੱਲ ਪੁੱਤ ਵਧੀਆ ਰਾਂਦ ਕੱਟੇ ਪਰਾ ਮੇਰੀ ਕਾਹਨੂੰ ਮਾਤਾ ਉਹਦਾ ਵੀ ਥੱਲੇ ਕਰਦਾ ਇਹ ਕਾਲਜ ਵਗ ਜਾ ਕਰੂ ਮੈਂ ਥੱਲੇ ਰਹਿ ਜਾ ਕਰੂੰਗਾ ਇਹਦਾ ਤਾਂ ਦਾਖਲਾ ਭਰ ਦਾਂਗੇ ਤਾਂ ਕਾਹਨੂੰ ਮਿਸ ਕਰਾਉਣਾ ਆਪਾਂ ਨੇ ਨਾ ਪੁੱਤ ਨਾ ਨਾ ਜੀ ਤੁਸੀਂ ਇਹ ਕਿਹੋ ਗੱਲਾਂ ਕਰ ਰਹੇ ਹੋ ਕੋਈ ਗੱਲ ਨਹੀਂ ਪੜ੍ਹਾਈ ਇੰਨੀ ਜ਼ਰੂਰੀ ਨਹੀਂ ਸਿੰਮੀ ਮਾਂ ਜ਼ਰੂਰੀ ਹੈ ਮੈਨੂੰ ਨਾ ਨਾ ਤੇਰੀ ਵੀ ਮਿਹਨਤ ਆ ਦੋ ਸਾਲਾਂ ਦੇ ਫਿਰ ਖਰਾਬ ਹੋ ਜਾਣਗੇ ਜੇ ਤੈਨੂੰ ਪਹਿਲਾਂ ਭਰੇ ਕੋਈ ਨੀਗੇ ਕੋਈ ਨਾ ਔਖੇ ਸੌਖੇ ਤੇਰਾ ਵੀ ਦਾਖਲਾ ਕਰਾ ਦਾਂਗੇ ਮਾਂ ਦੀ ਵੀ ਦਵਾਈ ਚਲੀ ਜਾਊਗੀ ਕੋਈ ਨਾ ਮੈਂ ਛੱਡ ਦਿਆ ਕਰੂੰਗਾ ਕੰਮ ਕੋਈ ਚੱਕਰ ਨਹੀਂ ਮੈਨੂੰ ਇੱਕ ਜਾ ਦਿਓ ਇੰਨਾ ਖਰਚਾ ਹੁਣ ਤੁਹਾਡੇ ਸਿਰ 'ਤੇ ਪੈ ਗਿਆ ਮੰਮੀ ਦੀ ਦਵਾਈਆਂ ਦਾ ਮੇਰੀ ਪੜ੍ਹਾਈ ਦਾ ਜੇ ਤੁਸੀਂ ਕੰਮ ਤੋਂ ਛੱਡ ਦੋਗੇ ਫਿਰ ਕਿਵੇਂ ਕਹੂਗਾ ਸਾਰਾ ਕੁਛ ਚੱਲ ਉਹ ਤਾਂ ਦੇਖ ਕੇ ਜਾਊਗਾ ਪਰ ਫਿਰ ਵੀ ਹੁਣ ਤੇਰੀ ਪੜ੍ਹਾਈ ਥੋੜ੍ਹੀ ਖਰਾਬ ਕਰਨੀ ਹੈ ਚਲੂ ਮਾਂ ਰਹੀ ਗੱਲ ਮਾਂ ਦੀ ਮੈਂ ਹੈਗਾ ਮਾਂ ਦੇ ਕੋਲ ਕੋਈ ਨਾ ਭੈਣ ਨੂੰ ਕਾਹਨੂੰ ਬੁਲਾਉਣਾ ਨਾ ਨਾ ਜੀ ਤੁਸੀਂ ਛੱਡੋ ਸਾਰੀ ਗੱਲਾਂ ਕੋਈ ਗੱਲ ਨਹੀਂ ਅਗਲੇ ਸਾਲ ਐਡਮਿਸ਼ਨ ਕਰਵਾ ਦੂੰ ਮੈਂ ਉਦੋਂ ਤੱਕ ਮੰਮੀ ਵੀ ਠੀਕ ਹੋ ਜਾਣਗੇ ਉਹ ਤਾਂ ਤੇਰਾ ਸਾਲ ਦਾ ਕੋਈ ਗੱਲ ਨਹੀਂ ਵਾ ਕੀ ਕਰੇਗੀ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਦਿਲ ਤੇ ਨਾ ਲਓ ਗੱਲ ਚੱਲ ਤੂੰ ਐਂ ਕਰ ਬਾਕੀ ਗੱਲਾਂ ਫਿਰ ਕਰਾਂਗੇ ਦੁੱਧ ਬਣਾ ਲਿਆ ਮਾਤਾ ਦਵਾਈ ਲਊਗੀ ਹਲੇ ਹੋਰ ਸੋਈ ਦੇ ਵਾਲੇ ਕਿੱਲੇ ਜੇ ਟੰਗਿਆ ਪਿਆ ਲਫਾਫਾ ਉਹ ਦਵਾਈਆਂ ਤਾਰ ਲਈ ਲਿਆਉਂਦੀ ਹਾਂ ਜੀ ਕਰ ਗਈ ਸਕੀਮ ਕੰਮ ਉਹ ਮੰਮੀ ਤੂੰ ਐਂ ਤਾਂ ਪੁੱਛ ਲਾ ਵੀ ਦੁੱਧ 'ਚ ਮਿੱਠਾ ਪਾ ਕੇ ਲੈ ਕੇ ਆਵਾਂ ਜਾਂ ਨਹੀਂ ਚੱਲ ਪਹਿਲਾਂ ਪੁੱਛ ਹੀ ਲੈਂਦੀ ਹਾਂ ਸਿਰ ਨੂੰ ਸਵਾ ਸਿਰ ਟੱਕਰ ਗਿਆ ਮਾਤਾ ਉਹ ਸਾਰਾ ਕੁਛ ਮੈਨੇ ਡਾਕਟਰ ਨੂੰ ਦੱਸਤਾ ਦੀਆ ਵੀ ਕੋਈ ਨਾ ਤੂੰ 2 ਪੈਸੇ ਵੱਧ ਦੇ ਦੇ ਤੂੰ ਝੂਠ ਬੋਲ ਅੱਛਾ ਹਾਂ 4 ਪੈਸੇ ਤਾਂ ਲੱਗੇ ਉਧਰੋਂ ਤਾਂ ਬਚੇ ਕਿਹੜਾ 30,000 ਬੋਲੇ ਲੱਖਾਂ ਨੂੰ ਹੂ ਪਟਦਾ ਉੱਥੇ ਭਾਈ ਮਾਤਾ ਹੁਣ ਆਪਾਂ ਜਦੋਂ ਇਹਦੀ ਪੜ੍ਹਾਈ ਕਰਾਉਣੀ ਨਹੀਂ ਸੀ ਐਵੇਂ ਭੇਜਣ ਦਾ ਕੀ ਫਾਇਦਾ ਇਹਨੂੰ ਕੋਈ ਫਾਇਦਾ ਨਹੀਂ ਹੈਗਾ ਨਾ ਜਾ ਕੇ ਬਾਹਰੇ ਵਿਗੜ ਰਹੀ ਹੈ ਇਹ ਕਿਹੜਾ ਸੰਭਰਦੀ ਉਹ ਕਹਿੰਦੇ ਨਹੀਂ ਹੁੰਦੇ ਵੀ ਸੱਪ ਵੀ ਮਰ ਗਿਆ ਨਾਲੇ ਸੋਟੀ ਵੱਜ ਗਈ ਨਾਲੇ ਦੇਖ ਹੁਣ ਆਪਣੇ ਦੋਨਾਂ ਪਾਸੋਂ ਸਹੀ ਨਹੀਂ ਹੈਗੇ ਹੁਣ ਆਪੇ ਕਹਿੰਦੇ ਕੋਈ ਨਾ ਜੀ ਮਾਂ ਤਾਂ ਮੈਂ ਆਪੇ ਸਾਂਭ ਲੂ ਮੈਂ ਵਗ ਜਿਆ ਕਰੂ ਕੰਮ ਤੇ ਇਹ ਕਰੇ ਹਾਂ ਇਹ ਵੀ ਠੀਕ ਹੈ ਹੋ ਗਿਆ ਆਪਣਾ ਕੰਮ ਨਾਲੇ ਮੈਂ ਰੈਸਟ ਤੇ ਮੈਨੂੰ ਨਹੀਂ ਹੁਣ ਆਏ ਹੈਗਾ ਪਤਾ ਨਹੀਂ ਯਾਰ ਹੀ ਆ ਗਿਆ ਹਾਂ ਮੈਂ ਤਾਂ ਰਜਾਈ ਚ ਨਿਕਲਦੀ ਨਹੀਂ ਹੈਗੀ ਆ ਹਵਾ ਜੀ ਚੱਲਦੀ ਬਾਹਰੇ ਹਵਾ ਚ ਕੀ ਜ਼ਰੂਰੀ ਆ ਇੱਥੇ ਪੈ ਜੂਗੀ ਰਜਾਈ ਇਹਨੂੰ ਤਾਂ ਕਰਾਤੀਆਂ ਡਿਗਰੀਆਂ ਅੱਛਾ ਸਾਰੀ ਇਹਨਾਂ ਦੀ ਗੇਮ ਸੀ ਕੋਈ ਗੱਲ ਨਹੀਂ ਤੁਸੀਂ ਵੀ ਕੀ ਯਾਦ ਰੱਖੋਗੇ ਤਾਂ ਮੈਂ ਦੱਸਦੀ ਮਾਂ ਉਹਦੇ ਤੱਕ ਦੁੱਧ ਨਹੀਂ ਲੈ ਕੇ ਆਈ ਬਹੁਤ ਟਾਈਮ ਹੋ ਗਿਆ ਚੱਲ ਪੁੱਤ ਤੂੰ ਦੇਖ ਕੇ ਮਾੜਾ ਜਿਹਾ ਜਾ ਕੇ ਮੈਂ ਦੇਖਦਾ ਜਾ ਕੇ ਮਾਤਾ ਹੋਰ ਮਿੱਠਾ ਪਾ ਲੈ ਪੁੱਤ ਦੁੱਧ 'ਚ ਕੋਈ ਨਾ ਮਾਤਾ ਆਹ ਕਿਵੇਂ ਪੈ ਗਿਆ ਚੱਕੀ ਆਉਂਦੀ ਆ ਮੰਗਾਇਆ ਤਾਂ ਦੁੱਧ ਦੀ ਪੈਗ ਦਾ ਕੀ ਕਰਨਾ ਬੈਗ ਮੈਂ ਤਾਂ ਚੱਕਿਆ ਕਿਉਂਕਿ ਮੈਂ ਆਪਦੇ ਪੇਕੇ ਜਾ ਰਹੀ ਹਾਂ ਬਸ ਦਸਵੀਂ ਆਈ ਸੀ ਜਾ ਰਹੀ ਹਾਂ ਮੈਂ ਉਹ ਗੱਲ ਸੁਣ ਗੱਲ ਸੁਣ ਪੇਕੇ ਕਿਉਂ ਜਾ ਰਹੀ ਹਾਂ ਬੁਲਾਇਆ ਤਾਂ ਤੈਨੂੰ ਉਰਿਆ ਸੀ ਨੇ ਉਹ ਨਾਲੇ ਮਾਂ ਬਿਮਾਰ ਆ ਤੂੰ ਪੇਕੇ ਜਾ ਕੇ ਕੀ ਕਰੇਗੀ ਲੋੜ ਤਾਂ ਤੈਨੂੰ ਉਰਿਆ ਮੈਨੂੰ ਪਤਾ ਕਿਹਨੂੰ ਕੀ ਲੋੜ ਹੈ ਕਿਹਨੂੰ ਕੀ ਨਹੀਂ ਕੀ ਗੱਲਾਂ ਕਰੀ ਜਾਂਦੀ ਹੈ ਉਹ ਮਾਂ ਢਿੱਲੀ ਹੋ ਰਹੀ ਹੈ ਮਾਂ ਨੂੰ ਲੋੜ ਹੈ ਢਿੱਲੀ ਹੋ ਰਹੀ ਹੈ ਕਿਹੜੇ ਪਾਸੋਂ ਢਿੱਲੀ ਹੋ ਰਹੀ ਹੈ ਉਹ ਡਾਕਟਰ ਦਾ ਫੋਨ ਆਇਆ ਸੀ ਤੈਨੂੰ ਪਤਾ ਹੀ ਲੱਗਿਆ
ਬਸ ਕਰੋ ਹੁਣ, ਪਾਗਲ ਨਾ ਬਣਾਓ ਮੈਨੂੰ। ਤੁਹਾਡੀਆਂ ਸਾਰੀ ਗੱਲਾਂ ਮੈਂ ਸੁਣ ਲਈਆਂ ਸੀਗੀਆਂ ਨਾ, ਹੁਣ ਕੀ ਮੂੰਹ ਜਿਹਾ ਨੀਵਾ ਕਰਦੇ ਹੋ? ਕੀ ਸੁਣਿਆ ਤੂੰ? ਜਿਹੜੀਆਂ ਤੁਸੀਂ ਪਲੈਨਿੰਗਾਂ ਬਣਾਈਆਂ ਸੀਗੀਆਂ ਵੀ ਮੈਨੂੰ ਕਾਲਜ ਨਹੀਂ ਜਾਣ ਦੇਣਾ, ਮੇਰੇ ਰਹਿ ਕੇ ਵੀ ਕੀ ਕਰਨਾ? ਨਾਲੇ ਤੁਹਾਡੀ ਅਸਲੀਅਤ ਤਾਂ ਸਾਰੀ ਸਾਹਮਣੇ ਆ, ਨਾਲੇ ਮੈਂ ਉਹ ਬੰਦਿਆਂ ਦੇ ਘਰੇ ਰਹਿਣਾ ਵੀ ਨਹੀਂ ਚਾਹੁੰਦੀ ਜਿਹੜੇ ਦੋਗਲੇ ਨੇ। ਮਾਂ, ਹਰ ਇੱਕ ਧੀ ਦੇ ਨਾ ਕੁਛ ਸੁਪਨੇ ਹੁੰਦੇ ਨੇ, ਵਿਆਹ ਤੋਂ ਬਾਅਦ ਨਾ ਬਹੁਤ ਸਾਰੇ ਸੁਪਨੇ ਲੈ ਕੇ ਆਉਂਦੀ ਆਪਦੇ ਸਹੁਰੇ ਘਰੇ। ਜੇ ਤੁਸੀਂ ਉਹ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੇ ਨਾ, ਤਾਂ ਦਿਖਾਇਆ ਵੀ ਨਾ ਕਰੋ ਪਹਿਲਾਂ। ਨਾਲੇ ਜੇ ਮੈਂ ਪੜ੍ਹ ਲਿਖ ਜਾਂਦੀ ਤਾਂ ਸਹਾਰਾ ਤਾਂ ਤੁਹਾਨੂੰ ਹੀ ਲੱਗਣਾ ਸੀ, ਮੈਂ ਕੋਈ ਨੌਕਰੀ ਲੱਗ ਜਾਂਦੀ, ਮੈਂ ਕਿਹੜਾ ਪੈਸੇ ਆਪਦੇ ਪੇਕੇ ਭੇਜ ਦੇਣੇ ਸੀ, ਆਪਣੇ ਘਰ ਨੂੰ ਹੀ ਸਹਾਰਾ ਲਾਉਂਦੀ। ਪਰ ਸ਼ਾਇਦ ਤੁਸੀਂ ਤਾਂ ਇਹ ਗੱਲ ਸਮਝ ਹੀ ਨਹੀਂ ਸਕੇ, ਤੁਹਾਨੂੰ ਤਾਂ ਐਂ ਲੱਗਦਾ ਵੀ ਬਸ ਸ਼ਾਇਦ ਸਾਡੀ ਨੂੰਹ ਖਰਾਬ ਹੋ ਜੂਗੀ ਬਾਹਰ ਜਾ ਕੇ, ਹੁਣ ਤਾਂ ਮੇਰੇ 'ਤੇ ਭਰੋਸਾ ਹੀ ਨਹੀਂ ਹੈਗਾ। ਗੱਲ ਸੁਣ, ਸਾਨੂੰ ਮੈਨੂੰ ਮਾਫ ਕਰ ਦੇ, ਸਾਨੂੰ ਐਂ ਸੀ ਵੀ ਜੇ ਬਾਹਰ ਜਾਏਂਗੀ ਜ਼ਮਾਨਾ ਮਾੜਾ। ਨਾਲੇ ਪੁੱਤ ਬਾਰੇ ਸੁਣਦਿਆਂ ਗੱਲਾਂ, ਤੈਨੂੰ ਪਤਾ ਗਾ ਮੈਂ ਬਾਹਰੇ ਤੋਰ ਕੇ ਨਹੀਂ ਰਾਜੀ ਤੈਨੂੰ। ਅੱਛਾ, ਜ਼ਮਾਨਾ ਦਾ ਮਾੜਾ, ਪਰ ਤੁਹਾਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੈਗਾ? ਮੈਂ ਤਾਂ ਨਹੀਂ ਮਾੜੀ, ਮੇਰੇ 'ਤੇ ਤਾਂ ਇੱਕ ਵਾਰੀ ਵਿਸ਼ਵਾਸ ਕਰ ਲੈਂਦੇ। ਨਾਲੇ ਵਿਆਹ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਮੇਰੇ ਰਿਸ਼ਤਾ ਲੈਣ ਆਏ ਸੀ ਉਦੋਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਸੀ, ਉਹ ਕੋਈ ਗੱਲ ਨਹੀਂ, ਕੁੜੀ ਨੂੰ ਅੱਗੇ ਪੜ੍ਹਾਈ ਅਸੀਂ ਕਰਾ ਦਾਂਗੇ। ਜੇ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਨਾ ਵੀ ਹਾਂ ਅਸੀਂ ਨਹੀਂ ਪੜ੍ਹਾ ਸਕਦੇ, ਸ਼ਾਇਦ ਅਸੀਂ ਵਿਆਹ ਹੀ ਨਹੀਂ ਕਰਾਉਣਾ ਸੀ। ਉਹ ਤਾਂ ਦਾਜ ਦੇ ਲਾਲਚ ਨੂੰ ਮਿੰਟਾਂ 'ਚ ਕਹਿਤਾ ਵੀ ਹਾਂ ਹਾਂ ਕੋਈ ਗੱਲ ਨਹੀਂ ਕਰ ਦਿਓ ਵਿਆਹ ਛੇਤੀ। ਉਹ ਤਾਂ ਮਾਫ ਕਰ ਦੇ ਮੈਨੂੰ, ਚਲ ਚਲੂ ਜੋ ਵੀ ਹੋਇਆ। ਤੇਰੇ ਪੈਰ ਜੁਨੀ ਧਰ ਦਿੰਦੀ ਆ ਮਾਂ, ਬਸ ਕਰ ਚਲੂ ਜੋ ਵੀ ਹੋਇਆ ਭੁੱਲ ਜਾ, ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ ਵੀ ਅਸੀਂ ਤੇਰੇ ਨਾਲ ਇਹ ਸਕੀਮਾਂ ਕਰੀਆਂ, ਬਸ ਸਾਨੂੰ ਜਵਾਨੀ ਕਹਿੰਦੀ ਦੇਖ ਕੇ ਚੁੱਪ ਹੋਣਾ ਪਿਆ, ਸਾਨੂੰ ਇਹ ਤੀ ਵੀ ਜੇ ਤੂੰ ਬਾਹਰ ਜਾਏਂਗੀ ਖਬਰੇ ਕੋਈ ਗੱਲਬਾਤ ਹੋ ਗਏ ਤਾਂ ਕੱਲ ਨੂੰ ਪਤਾ ਨਹੀਂ ਕੀ ਲੋਕ ਗੱਲਾਂ ਬਣਾਉਣਗੇ ਪੁੱਤ, ਤੈਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਲੋਕ ਗੱਲਾਂ ਬਣਾਉਣਗੇ। ਹਾਂ ਤੂੰ ਵੀ ਸਹੀ ਆਪਦੀ ਥਾਂ 'ਤੇ ਵੀ ਅਸੀਂ ਤੇਰੇ 'ਤੇ ਭਰੋਸਾ ਨਹੀਂ ਕਰਿਆ, ਉਹਦੇ ਲਈ ਅਸੀਂ ਮਾਫੀ ਚਾਹੁੰਦੇ, ਸਾਨੂੰ ਸਾਨੂੰ ਮਾਫ਼ ਕਰ ਦੇ, ਮਾਫ਼ ਕਰ ਦੇ ਧੀਏ। ਪਰ ਤੂੰ ਜਾ ਨਾ, ਹਮ ਜ਼ਿਕਰੀ ਕਰ ਲਾਂਗੇ, ਪੜ੍ਹ ਤੂੰ ਕੁਛ ਮਰਜ਼ੀ ਕਰ, ਮੈਂ ਤਾਂ ਪੜ੍ਹ ਲਿਖ ਕੇ ਕੁਛ ਮਰਜ਼ੀ ਬਣ ਜੀ, ਮੈਂ ਕੁਛ ਨਹੀਂ ਕਹਿੰਦੀ ਹੈਗੀ, ਤੂੰ ਕਹਿ ਦੇ ਨਾ ਬਸ ਕਹਿ ਪੁੱਤੇ ਨੂੰ ਤੇਰੇ ਘਰ ਦੀ ਇੱਜ਼ਤ ਵਾਸਤੇ ਤਾਂ ਤੈਨੂੰ ਰੋਕਦੇ ਸੀ, ਜੇ ਤੂੰ ਹੁਣ ਬੈਗ ਚੱਕ ਕੇ ਭੱਗ ਗਈ ਤਾਂ ਸਾਡੀ ਬੇਇੱਜ਼ਤੀ ਹੋ ਜੂਗੀ ਪੁੱਤ, ਲੋਕ ਸਾਨੂੰ ਕੀ ਕਹਿਣਗੇ ਵੀ ਘਰੇ ਨੂੰ ਵੀ ਰੱਖੀ ਗਈ, ਨੂੰ ਤਾਂ ਵੱਲ ਦੀ ਇਹਨਾਂ ਨੇ ਘਰੋਂ। ਫਿਰ ਮਾਂ ਉਹ ਮਾੜਾ ਮੋਟਾ ਪਹਿਲਾਂ ਸੋਚਣਾ ਸੀਗਾ, ਮੈਂ ਤਾਂ ਤੁਹਾਡੇ 'ਤੇ ਰਹਿਣਾ, ਤੁਹਾਡਾ ਕੀ ਨਹੀਂ ਕੀਤਾ ਮੈਂ, ਜਿਵੇਂ ਤੁਸੀਂ ਕਹਿੰਦੇ ਸੀ ਉਵੇਂ ਚੱਲਦੀ ਸੀ, ਸਿਰਫ ਮੇਰੇ ਪਾਸ ਇੰਨੀ ਕੁ ਮੰਗ ਸੀ ਮੈਂ ਪੜ੍ਹ ਲਾਂ। ਚਲੋ ਕੋਈ ਨਾ, ਹੌਲੀ ਬੋਲ, ਲੋਕ ਸੁਣ ਲੈਣਗੇ ਮੇਰੀ ਧੀਏ, ਮੈਨੂੰ ਮਾਫ਼ ਕਰ ਦੇ ਜੋ ਵੀ ਹੋਇਆ, ਮਾਫ਼ ਕਰ ਦੇ ਮੈਨੂੰ, ਉਹਦੇ ਵਾਸਤੇ ਸਾਨੂੰ ਮਾਫ਼ੀ ਦੇ ਦੇ। ਹਾਂ ਅੱਜ ਤੋਂ ਬਾਅਦ ਜਿਵੇਂ ਤੂੰ ਕਹੇਂਗੀ ਨਾ ਉਵੇਂ ਹੋਊਗਾ, ਜਿੱਥੇ ਤੂੰ ਪੜ੍ਹਨ ਨੂੰ ਕਹੇਗੀ ਉੱਥੇ ਤੇਰਾ ਦਾਖਲਾ ਭਰ ਦਾਂਗੇ, ਬੇਸ਼ੱਕ ਡੇਟ ਲੰਘ ਗਈ ਕੋਈ ਨਾ, ਜੁਰਮਾਨਾ ਭਰ ਕੇ ਭਰ ਦਾਂਗੇ ਅਸੀਂ, ਹੋ ਜੂਗਾ ਸੈੱਟ। ਪਰ ਤੂੰ ਘਰ ਛੱਡ ਕੇ ਨਾ ਜਾ, ਘਰ ਛੱਡ ਕੇ ਨਾ ਜਾ ਸਾਨੂੰ। ਜਿਹੜੀ ਮੇਰੇ ਤੋਂ ਹੁਣ ਗਲਤੀ ਹੋ ਗਈ ਨਾ, ਮੈਂ ਕਦੇ ਗਲਤੀ ਨਹੀਂ ਕਰੂੰਗੀ, ਪੈਦਾ ਧੀਏ ਮੇਰੀਆਂ ਅੱਖੀਂ ਖੋਲਤੀਆਂ। ਪਰ ਧੀਏ ਸਾਨੂੰ ਛੱਡ ਕੇ ਨਾ ਜਾਏ, ਤੇ ਤੋਂ ਬਿਨਾਂ ਸਾਡਾ ਕੋਈ ਨਹੀਂ ਹੈਗਾ। ਅਤੇ ਕਹਿੰਦੀ ਹਾਂ ਮੈਂ ਪੈਰੀ ਚੁੰਨੀ ਧਰ ਦਿੰਦੀ ਹਾਂ ਤੇਰੀ। ਨਾ ਨਾ ਮਾਂ, ਇੰਨਾ ਤਾਂ ਮੈਂ ਤੁਹਾਡੇ 'ਤੇ ਭਰੋਸਾ ਕਰ ਹੀ ਸਕਦੀ ਹਾਂ। ਚਲੋ ਦੇਰ ਸੀ ਹੀ, ਪਰ ਤੁਹਾਨੂੰ ਆਪਦੀ ਗਲਤੀ ਦਾ ਅਹਿਸਾਸ ਤਾਂ ਜ਼ਰੂਰ ਹੋਇਆ, ਫਿਰ ਬਸ ਇੰਨਾ ਹੀ ਬਹੁਤ ਆ। ਮਾਫ਼ ਕਰ ਦੇ ਧੀਏ ਮੈਨੂੰ, ਮਾਫ਼ ਕਰ ਦੇ ਮੈਨੂੰ ਵੀ, ਸਾਨੂੰ ਮਾਫ਼ ਕਰ ਦੇ, ਜਿਵੇਂ ਤੂੰ ਅੱਜ ਤੋਂ ਘਰ ਦੇ ਵਿੱਚ ਕਹੇਂਗੀ ਉਵੇਂ ਹੋਊਗਾ। ਠੀਕ ਹੈ ਜੀ,
ਬਸ ਇੰਨਾ ਹੀ ਪਤਾ ਤੁਹਾਨੂੰ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ। ਚੱਲ ਕੋਈ ਨਾ ਮਾਂ, ਬਸ ਕਰ ਹੁਣ ਰੋਣਾ।